ਗੱਲ ਕਰ ਰਹੇ ਸੀਗੇ ਕਿ ਕਈ ਸਾਰੇ ਇਸ਼ੂਜ਼ ਜਿਹੜੇ ਨੇ ਉਹ ਇਸ ਟਾਈਮ ਸਾਨੂੰ ਨੌਕ ਨੌਕ ਕਰ ਰਹੇ ਨੇ, ਸਾਨੂੰ ਉਹ ਦੱਸ ਰਹੇ ਨੇ ਕਿ ਕਿਸ ਤਰੀਕੇ ਦਾ ਰੋਡ ਮੈਪ ਸਾਨੂੰ ਜਿਹੜਾ ਤਿਆਰ ਕਰਨਾ ਚਾਹੀਦਾ। ਜੇਕਰ ਮੈਂ ਗੱਲ ਹੁਣ ਪੰਥਕ ਇਸ਼ੂਜ਼ ਦੀ ਕਰਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਹਵਾ ਇਸ ਟਾਈਮ ਚੱਲ ਰਹੀ ਹੈ, ਉਹਨਾਂ ਹਵਾਵਾਂ ਦੇ ਵਿੱਚ ਕਈ ਸਾਰੇ ਤੰਜ ਇੱਕ ਦੂਜੇ ਦੇ ਉੱਤੇ ਕੱਢੇ ਜਾ ਰਹੇ ਨੇ ਔਰ ਕਈ ਸਾਰੇ ਪ੍ਰਤੀਕਰਮ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡਾ ਮਸਲਾ ਜਿਹੜਾ ਹਾਲ ਫਿਲਹਾਲ ਦੇ ਵਿੱਚ ਉਹ ਜਿਹੜੀ ਰਿਵਾਇਤੀਆਂ ਪਾਰਟੀਆਂ ਪੰਜਾਬ ਦੇ ਵਿੱਚ ਨੇ, ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ, ਉਹ ਹੁਣ ਫਿਕਰ ਦੇ ਵਿੱਚ ਪੈ ਗਈ ਹੈ। ਗੱਲ ਜਦ 2 ਹਫ਼ਤੇ 3 ਹਫ਼ਤੇ ਔਰ 4 ਹਫ਼ਤੇ ਪਹਿਲਾਂ ਜਦ ਪ੍ਰਧਾਨ ਮੰਤਰੀ ਮੋਦੀ ਆਏ ਸੀਗੇ ਤਾਂ ਕਈ ਸਾਰੀਆਂ ਹਵਾਵਾਂ ਜਿਹੜੀਆਂ ਸੀਗੀਆਂ ਉਹ ਸੱਤ ਸਮੁੰਦਰ ਪਾਰ ਵੀ ਇਸ ਧਰਤੀ ਦੇ ਉੱਤੇ ਪਹੁੰਚੀਆਂ ਸੀਗੀਆਂ। ਉਹ ਹਵਾਵਾਂ ਸੀਗੀਆਂ ਕਿ ਬੀਜੇਪੀ ਪੰਥਕ ਇਸ਼ੂਜ਼ ਨੂੰ ਲੈ ਕੇ ਹੁਣ ਇੰਨੀ ਵਚਨਬੰਧ ਕਿਉਂ ਹੋ ਰਹੀ ਹੈ, ਜਿਹਦੀ ਟੈਨਸ਼ਨ ਜਿਹੜੀ ਹੈ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਕਾਂਗਰਸ ਨੂੰ ਵੀ ਹੋ ਗਈ ਹੈ। ਅਤੇ ਅੱਜ ਇੱਕ ਖਬਰ ਹੋਰ ਵੀ ਦਿੱਲੀ ਤੋਂ ਸਾਹਮਣੇ ਆਈ ਹੈ, ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਨੁਮਾਇੰਦੇ ਮਨਜਿੰਦਰ ਸਿੰਘ ਸਿਰਸਾ ਜੋ ਕਿ ਪ੍ਰਧਾਨ ਹਨ, ਔਰ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਰਨਾ ਗੁੱਟ ਜਿਹੜਾ ਹੈਗਾ, ਦੋਵਾਂ ਦੇ ਵਿੱਚ ਮਤਭੇਦ ਚੱਲ ਰਹੇ ਸੀਗੇ, ਦੋਵਾਂ ਦੇ ਵਿੱਚ ਟੱਕਰ ਚੱਲ ਰਹੀ ਸੀਗੀ ਕਿ ਪਾਕਿਸਤਾਨ ਨਗਰ ਕੀਰਤਨ ਕੌਣ ਲੈ ਕੇ ਜਾਏਗਾ। ਲੇਕਿਨ ਅਕਾਲ ਤਖਤ ਸਾਹਿਬ ਤੋਂ ਹੁਣ ਜਿਹੜਾ ਹੁਕਮ ਹੈ ਉਹ ਜਾਰੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਸਰਨਾ ਗੁੱਟ ਜਿਹੜਾ ਉਹ ਹਾਲ ਫਿਲਹਾਲ ਦੇ ਵਿੱਚ ਨਗਰ ਕੀਰਤਨ ਲੈ ਕੇ ਜਾਏਗਾ। ਤਾਂ ਇਹ ਖਬਰ ਦੇ ਉੱਤੇ ਚੜ੍ਹਨਾ ਪੈਣਾ ਜ਼ਰੂਰੀ ਸੀਗਾ। ਹੁਣ ਅਸੀਂ ਮੁੜ ਤੋਂ ਅਸੀਂ ਆਪਣੇ ਵਿਸ਼ੇ ਦੇ ਉੱਤੇ ਆਈਏ, ਗੱਲ ਕਰ ਰਹੇ ਸੀਗੇ ਕਿ ਬੀਜੇਪੀ ਇੰਨੀ ਵਚਨਬੰਧ ਕਿਉਂ ਹੋ ਰਹੀ ਹੈ, ਜਿਹਦੀ ਹੁਣ ਟੈਨਸ਼ਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਨਾਲ ਹੀ ਕਾਂਗਰਸ ਨੂੰ ਟੈਨਸ਼ਨ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਹਾਲ ਫਿਲਹਾਲ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਰਿਹਾਈ ਦੀ ਗੱਲ ਬੀਜੇਪੀ ਸਰਕਾਰ ਵੱਲੋਂ ਖੁਦ ਆਪ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਹੀ ਗਈ ਸੀਗੀ, ਤਾਂ ਉਹਨੂੰ ਕਈ ਸਾਰੇ ਜਥੇਬੰਦੀਆਂ ਨੇ ਇਹਨੂੰ ਇਸ ਗੱਲ ਦਾ ਸਵੀਕਾਰ ਕੀਤਾ ਸੀਗਾ ਔਰ ਕਈ ਸਾਰੇ ਅਦਾਰੇ ਜਿਹੜੇ ਸੀਗੇ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਰੂਬਰੂ ਕਰਾਇਆ, ਜਿਨ੍ਹਾਂ ਨੇ ਬਕਾਇਦਾ ਤੌਰ ਦੇ ਉੱਤੇ ਮੈਮੋਰੈਂਡਮ ਵੀ ਮੋਦੀ ਨੂੰ ਰੱਖਿਆ, ਜਿਹਦੇ ਵਿੱਚ ਸਭ ਤੋਂ ਵੱਡੇ ਐਲਾਨ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਹੋਈ, ਬੰਦੀ ਸਿੰਘਾਂ ਦੀ ਰਿਹਾਈ ਹੋਈ ਔਰ ਜਿਹੜੇ ਪੋਲੀਟੀਕਲ ਸਟੇ ਲੈ ਕੇ ਇਸ ਧਰਤੀ ਦੇ ਉੱਤੇ ਰਹਿ ਰਹੇ ਹਨ ਉਹਨਾਂ ਨੂੰ ਲੈ ਕੇ ਵੀ ਮੋਦੀ ਸਰਕਾਰ ਨੇ ਗੱਲ ਸਾਹਮਣੇ ਰੱਖੀ, ਇੱਕ ਤਜਵੀਜ਼ ਬਣਾਈ ਕਿ ਤੁਸੀਂ ਜਾ ਕੇ ਐਮਬੈਸੀ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਔਰ ਜਿਨ੍ਹਾਂ ਦੇ ਕੋਲ ਅਮੈਰੀਕਨ ਪਾਸਪੋਰਟ ਹੈ ਉਹਨਾਂ ਨੂੰ ਵੀ ਵੀਜ਼ਾ ਮਿਲ ਸਕਦਾ ਔਰ ਤੁਸੀਂ ਆਪਣੇ ਪਾਸਪੋਰਟ ਵੀ ਬਣਵਾ ਸਕਦੇ ਹੋ। ਤਾਂ ਕਈ ਸਾਰੇ ਜਿਹੜੇ ਫੈਸਲੇ ਨੇ ਉਹ ਸਿੱਖ ਕੌਮ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆਏ। ਹੁਣ ਇਹਦੀ ਜਿਹੜੀ ਗੱਲ ਹੈਗੀ ਹੈ, ਇਹਦੀ ਜਿਹੜੀ ਟੈਨਸ਼ਨ ਹੈਗੀ ਹੈ ਉਹ ਰਿਵਾਇਤੀ ਪਾਰਟੀਆਂ ਦੇ ਵਿੱਚ ਜਾ ਚੁੱਕੀ ਹੈ, ਵੜ ਚੁੱਕੀ ਹੈ। ਲੇਕਿਨ ਹੁਣ ਜਿਹੜਾ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਹਵਾ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਕਾਂਗਰਸ ਕੋਈ ਅਜਿਹੀ ਰਣਨੀਤੀ ਤੈਅ ਕਰ ਸਕਦੀ ਹੈ ਜਿਸ ਵਿੱਚ ਉਹ ਸਾਹਮਣੇ ਆ ਸਕਦੇ ਹਨ ਔਰ ਸਿਆਸੀ ਪੰਡਿਤ ਵੀ ਇਹ ਕਹਿ ਰਹੇ ਹਨ ਕਿ ਹੁਣ ਪੰਥ ਖਤਰੇ ਦੇ ਵਿੱਚ ਹੈ। ਲੇਕਿਨ ਪੰਥ ਖਤਰੇ ਦੇ ਵਿੱਚ ਕਿਹਦੇ ਨਾਲ ਹੋਇਆ? ਜੇਕਰ ਸ਼੍ਰੋਮਣੀ ਅਕਾਲੀ ਦਲ ਅੱਜ ਤੋਂ ਲੰਬੇ ਸਮੇਂ ਤੋਂ ਜਦ ਉਹ ਲੀਡ ਕਰਦਾ ਸੀਗਾ ਪੰਥਕ ਇਸ਼ੂਜ਼ ਦੇ ਵਿੱਚ ਆਪਣੇ ਆਪ ਨੂੰ ਉਹ ਪੈਰੋਕਾਰ ਸਮਝਦਾ ਸੀਗਾ, ਅਤੇ ਕੀ ਅੱਜ ਬੀਜੇਪੀ ਜਦ ਇਸ ਚਾਬੀ ਨੂੰ ਫੜ ਲੈਂਦੀ ਹੈ ਪੰਥਕ ਮਸਲਿਆਂ ਨੂੰ, ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਮੁੜ ਸਾਹਮਣੇ ਆਊਗਾ ਔਰ ਕਹੇਗਾ ਕਿ ਪੰਥ ਖਤਰੇ ਦੇ ਵਿੱਚ ਹੈ, ਜਾਂ ਫਿਰ ਕਾਂਗਰਸ ਅੱਜ ਹੀ ਕੋਈ ਸਕੀਮ ਬਣਾਊਗੀ ਜਿਹਦੇ ਵਿੱਚ ਉਹ ਵੀ ਸਾਹਮਣੇ ਆਊਗੀ ਅਤੇ ਕਹੂਗੀ ਕਿ ਹਾਂ ਪੰਥ ਵਾਕਈ ਹੀ ਖਤਰੇ ਦੇ ਵਿੱਚ ਹੈ। ਲੇਕਿਨ ਸਵਾਲ ਵੱਡਾ ਇੱਥੇ ਇਹ ਬਣਦਾ, ਜਿੱਥੇ ਤੁਸੀਂ ਇੱਕ ਪਾਸੇ ਬੀਜੇਪੀ ਦੇ ਨਾਲ ਭਾਈਵਾਲ ਬਣਾਉਂਦੇ ਹੋ ਔਰ ਉੱਥੇ ਹੀ ਦੂਜੇ ਪਾਸੇ ਕੇਂਦਰ ਦੇ ਵਿੱਚ ਜਾ ਕੇ ਤੁਸੀਂ ਮਨਿਸਟਰ ਵੀ ਬਣਦੇ ਹੋ ਔਰ MP ਵੀ ਬਣਦੇ ਹੋ, ਉਸ ਤੋਂ ਬਾਅਦ ਤੁਸੀਂ ਹੱਟੀ ਸੱਟੀ ਵੀ ਹੁੰਦੇ ਹੋ, ਤਾਂ ਅੱਜ ਜਦ ਬੀਜੇਪੀ ਪੰਥਕ ਏਜੰਡਿਆਂ ਦੇ ਵਿੱਚ ਆ ਰਹੀ ਹੈ ਤਾਂ ਫਿਰ ਪੰਥ ਖਤਰੇ ਦੇ ਵਿੱਚ ਤੁਹਾਨੂੰ ਕਿਉਂ ਨਜ਼ਰ ਆ ਰਿਹਾ? ਉਸ ਟਾਈਮ ਤੁਹਾਨੂੰ ਪੰਥ ਖਤਰੇ ਦੇ ਵਿੱਚ ਨਜ਼ਰ ਨਹੀਂ ਆਇਆ ਜਦ RSS ਦੇ ਏਜੰਡੇ ਦੇ ਨਾਲ ਤੁਸੀਂ ਕੰਮ ਕਰਦੇ ਸੀਗੇ,
ਗੱਲ ਤੁਸੀਂ ਪੰਥਕ ਏਜੰਡੇ ਦੀ ਕਰਦੇ ਸੀਗੇ ਔਰ ਪਿੱਛੋਂ ਤੁਸੀਂ ਜ਼ੁਬਾਨੀ RSS ਦੀ ਬੋਲ ਰਹੇ ਹੁੰਦੇ ਸੀਗੇ। ਜਦ ਅੱਜ ਚਾਬੀ ਤੁਹਾਨੂੰ ਨਜ਼ਰ ਆ ਰਹੀ ਹੈ ਕਿ RSS ਦੇ ਕੋਲ ਜਾ ਰਹੀ ਹੈ ਤਾਂ ਫਿਰ ਪੰਥ ਖਤਰੇ ਦੇ ਵਿੱਚ ਕਿਉਂ ਹੈ? ਅਤੇ ਇਹਦਾ ਮਤਲਬ ਤੁਸੀਂ ਡਬਲ ਗੇਮ ਸਾਡੇ ਨਾਲ ਖੇਡਦੇ ਸੀਗੇ। ਭਾਵੇਂ ਤੁਸੀਂ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵੱਡੇ ਸੀਨੀਅਰ ਲੀਡਰ ਸੀਗੇ ਉਹ ਮੀਡੀਆ ਨੂੰ ਬਿਆਨ ਦਿੰਦੇ ਸੀਗੇ ਕਿ ਅਸੀਂ ਵਚਨਬੰਧ ਹੈਗੇ ਹਾਂ ਪੰਥਕ ਏਜੰਡੇਜ਼ ਨੂੰ ਲੈ ਕੇ, ਅਸੀਂ ਵਚਨਬੰਧ ਹੈਗੇ ਹਾਂ ਹਰ ਮਸਲੇ ਨੂੰ ਲੈ ਕੇ। ਲੇਕਿਨ ਅੱਜ ਤਰਾਜ਼ਦੀ ਇਹ ਹੈ ਕਿ ਗੱਲ ਸਾਹਮਣੇ ਬਿਲਕੁਲ ਨਜ਼ਰ ਆ ਰਹੀ ਹੈ। ਆਖਿਰਕਾਰ ਕੀ ਏਜੰਡਾ ਹੈਗਾ BJP ਦਾ ਪੰਥਕ ਇਸ਼ੂਜ਼ ਨੂੰ ਲੈ ਕੇ? ਕਿਉਂ ਉਹ ਸਾਨੂੰ ਨੌਕ ਨੌਕ ਕਰ ਰਹੀ ਹੈ? ਕਿਉਂ ਸਾਨੂੰ ਉਹ ਦਸਤਕ ਦੇ ਰਹੀ ਹੈ? ਕਿਉਂ ਹੁਣ ਉਹ ਵੜਨਾ ਚਾਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ, ਔਰ ਕਿਵੇਂ ਵੜਨ ਦੇ ਵਿੱਚ ਉਹ ਕਾਮਯਾਬ ਵੀ ਹੋਈ ਹੈ? ਇਸੀ ਦੇ ਉੱਤੇ ਕਰਾਂਗੇ ਅੱਜ ਵਿਚਾਰ ਵਟਾਂਦਰਾ। ਕਈ ਸਾਰੇ ਸਿਆਸਤਦਾਨ ਬਿਆਨ ਵੀ ਦੇ ਚੁੱਕੇ ਹਨ, ਲੇਕਿਨ ਉਹਨਾਂ ਦੇ ਵਿੱਚੋਂ ਕਈ ਅਜਿਹੇ ਵੀ ਹਨ ਜੋ ਅੱਜ ਇਸ ਮੰਚ ਦੇ ਉੱਤੇ ਆਉਣਗੇ ਔਰ ਆਪਣੇ ਤੰਜ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਨਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ ਔਰ ਬ੍ਰੇਕ ਤੋਂ ਬਾਅਦ ਲਿਆਵਾਂਗੇ ਉਹਨਾਂ ਨੂੰ ਔਰ ਪੁੱਛਾਂਗੇ ਇਹੀ ਸਵਾਲ। ਅਤੇ ਗੱਲ ਹੋ ਰਹੀ ਸੀਗੀ BJP ਦੇ ਏਜੰਡੇ ਦੀ, ਪੰਥਕ ਇਸ਼ੂਜ਼ ਦੇ ਵਿੱਚ ਇੰਨੀ ਜ਼ਿਆਦਾ ਵਜਨਬੰਦ ਕਿਉਂ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਈਵਾਲ ਹੈਗਾ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਚਿੰਤਿਤ ਹੋ ਚੁੱਕੀ ਹੈ ਅਤੇ ਨਾਲੇ ਕਾਂਗਰਸ ਵੀ ਚਿੰਤਿਤ ਹੋ ਚੁੱਕੀ ਹੈ ਕਿ ਕੀ ਹੁਣ BJP ਜੋ ਕਿ ਆਪਣਾ ਹਿਡਨ ਏਜੰਡਾ ਕਈ ਵਾਰ ਕਾਂਗਰਸ ਦੇ ਔਰ ਕਈ ਵਾਰ ਜਦ ਅਣਬਣ ਹੁੰਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ BJP ਦੇ ਨਾਲ, ਤਾਂ ਖੁਦ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੋਲ ਚੁੱਕੇ ਹਨ ਕਿ ਪੰਥ ਖਤਰੇ ਦੇ ਵਿੱਚ ਹੈ। ਇਸ ਦੇ ਉੱਤੇ ਚਾਣਨਾ ਪਾਉਂਦੇ ਹਾਂ ਕਿ ਵਾਕਈ ਪੰਥ ਹੁਣ ਖਤਰੇ ਦੇ ਵਿੱਚ ਹੈ ਕਿ ਨਹੀਂ। ਸਤਪਾਲ ਬਰਾੜ ਮੇਰੇ ਨਾਲ ਮੌਜੂਦ ਹਨ, ਬੁਲਾਰੇ ਹਨ ਸ਼੍ਰੋਮਣੀ ਅਕਾਲੀ ਦਲ ਅਮੈਰੀਕਾ ਦੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਕਿ ਕਿੰਨਾ ਕੁ ਜਿਹੜਾ ਪੰਥ ਹੈ ਉਹ ਖਤਰੇ ਦੇ ਵਿੱਚ ਹੈ। ਬਰਾੜ ਸਾਹਿਬ, ਤੁਹਾਡਾ ਸਵਾਗਤ ਹੈ ਇਸ ਮੰਚ ਦੇ ਉੱਤੇ। ਬਹੁਤ ਬਹੁਤ ਧੰਨਵਾਦ ਆਲੂਵਾਲੀਆ ਸਾਹਿਬ, ਥੈਂਕ ਯੂ ਫਾਰ ਬ੍ਰੇਕ ਤੇ ਲੈਣ ਦਾ, ਗੁਰਫਤਿਹ ਸਾਰੇ ਤੁਹਾਡੇ ਮਾਣ ਮੱਤੇ ਦਰਸ਼ਕਾਂ ਨੂੰ ਜੀ। ਜੀ ਬਰਾੜ ਸਾਹਿਬ, ਮੈਂ ਜਾਣਨਾ ਚਾਹਾਂਗਾ ਪੰਥ ਕਿੰਨਾ ਕੁ ਖਤਰੇ ਦੇ ਵਿੱਚ ਹੈ। ਦੇਖੋ ਜੀ, ਪਹਿਲੀ ਗੱਲ ਤਾਂ ਗੁਰੂ ਦਾ ਨਵਾਜਿਆ ਹੋਇਆ ਪੰਥ ਕੋਈ ਇਸ ਤਰ੍ਹਾਂ ਖਤਰੇ 'ਚ ਨਹੀਂ ਜੀ, ਪਰ ਹਾਂ ਜਦੋਂ ਕੋਈ ਇਸ਼ੂ ਚੱਲਦੇ ਆ ਉਹਦੇ 'ਤੇ ਜੇ ਕੋਈ ਜਿਸ ਤਰ੍ਹਾਂ ਕੋਈ ਹੁਣ ਜੇ ਤੁਸੀਂ ਕਹੋ ਜਿਸ ਤਰ੍ਹਾਂ ਪਿੱਛੇ ਜੇ ਬਿਆਨ ਆਇਆ ਮੋਹਨ ਭਗਵਤ ਜੀ ਦਾ ਵੀ ਸਾਰੇ ਹਿੰਦੁਸਤਾਨ ਹਿੰਦੁਸਤਾਨੀ ਹੈ, ਉਹਦੇ ਤੇ ਅਸੀਂ ਪਹਿਲਾਂ ਹੀ ਆਪਣਾ ਪ੍ਰਤੀਕਰਮ ਦੇ ਚੁੱਕੇ ਹਾਂ, SGPC ਦੇ ਚੁੱਕੀ ਹੈ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੁੱਕੇ ਹੈ, ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡਾ ਸਪਸ਼ਟ ਹੈ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਿੱਖ ਇੱਕ ਵੱਖਰੀ ਕੌਮ ਹੈ, ਸਾਨੂੰ ਕਿਸੇ ਵੀ ਹੋਰ ਕੌਮ ਦਾ ਹਿੱਸਾ ਬਣਾਉਣ ਦੀ। ਤੇ ਬਰਾੜ ਸਾਹਿਬ, ਕਿਉਂ ਨੀ ਫਿਰ ਹਜੇ ਤੱਕ ਸਿੱਖ ਜੇ ਵੱਖਰੀ ਕੌਮ ਹੈਗੀ ਹੈ ਤੇ ਕਿਉਂ ਨੀ ਹਜੇ ਤੱਕ ਤੁਸੀਂ ਉਹਨਾਂ ਨਾਲ ਭਾਈਵਾਲ ਤੋੜਿਆ? ਕਿਉਂ ਨੀ ਤੁਸੀਂ ਆਪਣੇ ਸਟੈਂਡ ਤੇ ਰਹੇ? ਕਿਉਂ ਨੀ ਤੁਸੀਂ ਆਰਟੀਕਲ 25B ਦੇ ਵਿੱਚ ਸੰਸ਼ੋਧਨ ਕਰਾਇਆ? ਕਿਉਂ ਤੁਹਾਨੂੰ ਹਰਿਆਣਾ ਦੇ ਨਾਲ ਉਹਨਾਂ ਨੇ ਭਾਈਵਾਲ ਤੁਹਾਡੇ ਨਾਲ ਨਹੀਂ ਕੀਤਾ? ਆਲੂਵਾਲੀਆ ਸਾਹਿਬ, ਤੇ ਸਿਆਸੀ ਸਮਝੌਤੇ ਹੁੰਦੇ ਆ, ਸਿਆਸੀ ਸਮਝੌਤੇ ਕੋਈ ਸਾਰੀ ਉਮਰ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਗੀਆਂ। ਸਾਡਾ ਉਹਨਾਂ ਸਿਆਸੀ ਸਮਝੌਤਾ, ਸ਼੍ਰੋਮਣੀ ਅਕਾਲੀ ਦਲ ਆਪਦੇ ਸਿਧਾਂਤਾਂ ਤੇ ਖੜਾ ਹੈ ਔਰ ਖੜੇ ਰਹੇਗਾ। ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ, ਇਹਦਾ ਆਪਦਾ ਏਜੰਡਾ, ਆਪਦਾ ਸਿਧਾਂਤ ਹੈ। ਹਾਂ, ਜਿਹੜੀ ਰਾਜਨੀਤੀ ਉਹ ਨੰਬਰਾਂ ਦੀ ਗੇਮ ਹੈ, ਉਹਦੇ ਵਾਸਤੇ ਕਈ ਵੀ ਤੁਹਾਨੂੰ ਰਾਜਨੀਤਿਕ ਸਮਝੌਤੇ। ਕਿਉਂ ਨੀ ਫਿਰ ਸਿਰਫ ਸਿੱਖਾਂ ਦੇ ਲਈ ਵਚਨਬੰਦ ਹੁੰਦੀ? ਕਿਉਂ ਫਿਰ ਸਿਆਸੀ ਤੁਸੀਂ ਭਾਈਵਾਲ ਕਰਦੇ ਹੋ? ਜਾਂ ਤਾਂ ਫਿਰ ਇੱਕ ਹੀ ਸਟੈਂਡ ਲਓ ਨਾ, ਜਾਂ ਤਾਂ ਤੁਸੀਂ ਪੰਥਕ ਇਸ਼ੂਜ਼ ਦੇ ਵਿੱਚ ਅੱਗੇ ਆਓ ਜਾਂ ਫਿਰ ਤੁਸੀਂ ਸਿਆਸੀ ਇਸ਼ੂਜ਼ ਦੇ ਵਿੱਚ ਅੱਗੇ ਆਓ। ਦੋਵਿਆਂ ਨੂੰ ਤੁਸੀਂ ਨਾਲ ਰਲ ਕੇ ਗੁੰਮਰਾਹ ਕਰ ਰਹੇ ਹੋ ਤੁਸੀਂ ਲੋਕਾਂ ਨੂੰ। ਬੇਨਤੀ, ਅਸੀਂ ਗੁੰਮਰਾਹ ਨਹੀਂ ਕਰ ਰਹੇ। ਬੇਨਤੀ ਸੁਣੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਜੋ ਤਸਵੀਰਾਂ ਦਰਬਾਰ ਸਾਹਿਬ ਚ, ਹੁਣ ਤੁਹਾਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਨਜ਼ਰ ਆ ਗਏ, ਹੁਣ ਤਾਂ ਤੁਹਾਨੂੰ ਸਭ ਕੁਝ ਨਜ਼ਰ ਆਊਗਾ। ਸ਼੍ਰੋਮਣੀ ਅਕਾਲੀ ਦਲ ਨੇ, ਅੱਜ ਨਹੀਂ ਇਹ ਪਹਿਲਾਂ ਦੀ ਗੱਲ ਹੈ, 4 ਸਾਲ ਪੁਰਾਣੀ ਗੱਲ ਹੈ, ਅਸੀਂ ਆਪਦੇ ਮੁੱਦਿਆਂ ਤੇ ਖੜੇ ਹਾਂ, ਅਸੀਂ ਸਿੱਖ ਵਿਰਾਸਤ ਦੀਆਂ ਜੋ ਯਾਦਗਾਰਾਂ ਬਣ ਗਈਆਂ ਉਹਦੇ ਤੇ ਖੜੇ ਹਾਂ। ਸ਼੍ਰੋਮਣੀ ਅਕਾਲੀ ਦਲ, ਮੈਂ ਪਹਿਲਾਂ ਵੀ ਬੇਨਤੀ ਕਰਕੇ ਆ ਰਿਹਾ, ਸਾਡੀ ਸਭ ਤੋਂ ਪੁਰਾਣੀ ਪਾਰਟੀ ਹੈ, ਆਪਦੇ ਏਜੰਡੇ ਤੇ ਚੱਲਣ ਵਾਲੀ ਹੈ, ਸਾਡੇ ਪ੍ਰਧਾਨ ਸਾਹਿਬ ਹੈ, ਅਸੀਂ
ਹਮੇਸ਼ਾ ਵਾਰ ਵਾਰ ਆਪਾਂ ਇਸ ਗੱਲ ਨੂੰ ਮੰਨ ਸਕਦੇ ਹਾਂ ਕਿ ਤੁਹਾਨੂੰ ਯੂਜ਼ ਕੀਤਾ ਗਿਆ ਬੀਜੇਪੀ ਨੇ ਔਰ ਬੀਜੇਪੀ ਨੇ ਸਾਰੇ ਪੰਥਕ ਇਸ਼ੂਜ਼ ਨੂੰ ਆਪਣੇ ਵੱਲ ਕਰ ਲਏ ਔਰ ਤੁਹਾਨੂੰ ਟਾਟਾ ਬਾਏ ਬਾਏ ਕਹਿ ਦੇਣਾ ਉਹਨੇ ਪੰਜਾਬ ਦੇ ਅੰਦਰ ਵੀ। ਦੇਖੋ 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 ਮੈਂ ਫਿਰ ਦੁਬਾਰਾ ਫਿਰ ਉੱਧਰ ਨੂੰ ਰਿਪੀਟ ਕਰਨ ਲੱਗਾ, ਕੱਲ ਨੂੰ ਮੇਰੀ ਪਲੀਜ਼ ਪੂਰੀ ਕਰਨ ਦਿਓ। ਰਾਜਨੀਤਿਕ ਸਮਝੌਤੇ ਰਾਜਨੀਤਿਕ ਲੋੜਾਂ ਹੁੰਦੀਆਂ, ਪਰ ਉਹਦਾ ਮਕਸਦ ਕਦੇ ਵੀ ਸਾਡੇ ਇਹਨਾਂ ਦਾ ਹਰਿਆਣੇ ਦੇ ਵਿੱਚ ਸਾਡੇ ਆਪਦੇ ਇਸ਼ੂ ਹੈ, ਇਹਨਾਂ ਦੇ ਆਪਣੇ ਇਸ਼ੂ ਹੈ, ਪਾਣੀਆਂ ਦੇ ਸਾਡੇ ਆਪਦੇ ਮੁੱਦੇ ਆ, ਇਹਨਾਂ ਦੇ ਆਪਦੇ ਆ। ਸੋ ਇਸ ਕਰਕੇ ਉੱਥੇ ਕੀ ਬਰਾੜ ਸਾਹਿਬ, ਬਰਾੜ ਸਾਹਿਬ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਜਦ ਤੋਂ ਮੋਦੀ ਹੋਂਦ ਦੇ ਵਿੱਚ ਆਇਆ 2014 ਦੇ ਵਿੱਚ, ਤਾਂ ਤੱਕ ਤੁਹਾਨੂੰ ਪਾਣੀਆਂ ਦਾ ਮੁੱਦਾ ਯਾਦ ਨਹੀਂ ਆਇਆ, ਪੰਜਾਬ ਦੇ ਤੁਹਾਨੂੰ ਪੰਥਕ ਇਸ਼ੂਜ਼ ਨਜ਼ਰ ਨਹੀਂ ਆਏ, ਹੁਣ ਤੁਹਾਨੂੰ ਸਭ ਕੁਝ ਯਾਦ ਆ ਰਿਹਾ ਜਦ ਤੁਹਾਨੂੰ ਲੱਗਿਆ ਪਤਾ ਕਿ ਹੁਣ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪਾਵਰਫੁਲ ਹੋ ਰਹੀ ਹੈ। ਤੁਸੀਂ ਗੌਰ ਨਾਲ ਸਾਡਾ ਇਤਿਹਾਸ ਪੜ੍ਹੋ, ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਦਾ ਸੰਘਰਸ਼ ਕੀਤਾ, ਪਰ ਜਦੋਂ ਤੁਹਾਡੇ ਕੋਲ ਰਾਜ, ਤੁਸੀਂ ਮੈਨੂੰ ਇੱਕ ਗੱਲ ਹੁਣੇ ਕਹੀ ਸੀ ਕਿ ਅਸੀਂ ਸਾਡੀ ਆਈਡੈਂਟੀ ਡਿਫਰੈਂਟ ਹੈ, ਅਸੀਂ ਮੁੱਦੇ ਵੀ ਲਿਜਾਣੇ ਹੁੰਦੇ ਆ, ਠੀਕ ਹੈ, ਆਪਦੇ ਧਾਰਮਿਕ ਮੁੱਦੇ, ਸਾਡੇ ਰਾਜਨੀਤਿਕ ਮੁੱਦੇ, ਸਾਡੇ ਪੰਜਾਬ ਦੀ ਤਰੱਕੀ, ਤੋੜ ਦੋ ਭਾਈਵਾਲ, ਭਾਈਵਾਲ ਤੋੜ ਦੋ ਅਕਾਲੀ ਦਲ ਦਾ ਹੋਂਦ ਨੂੰ ਬਚਾਓ, ਨਾ ਕਰੋ ਕੋਈ ਸਿਆਸੀ ਲੜਾਈ ਉੱਥੇ, ਨਾ ਉਹ ਸਿਆਸਤ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਨੂੰ ਆਲੂਵਾਲੀਆ ਸਾਹਿਬ ਕੋਈ ਖਤਰਾ ਨਹੀਂ, ਇਹ ਗੁਰੂਦੁਆਰਾ ਨਵਾਜੀਆਂ ਹੋ ਜਾਂ ਫੌਜਾਂ ਹਮੇਸ਼ਾ ਇੱਥੇ ਰਹਿਣਗੀਆਂ। ਡਬਲ ਸਟੈਂਡਰਡ ਪੋਲਿਟਿਕਸ ਕਿਉਂ ਹੁੰਦੀ ਹੈ ਬਰਾੜ ਸਾਹਿਬ, ਕਿਉਂ ਤੁਹਾਡੇ ਆਗੂ ਜਿਹੜੇ ਨੇ ਉਹ ਡਬਲ ਸਟੈਂਡਰਡ ਪੋਲਿਟਿਕਸ ਕਰਦੇ ਹਨ, ਜਦ ਉਹਨਾਂ ਨੂੰ ਲੱਗਦਾ ਕਿ ਹੁਣ ਪੰਥ ਨੂੰ ਖਤਰਾ ਹੈ, ਹੁਣ ਤੁਸੀਂ ਸਿੱਖਾਂ ਦੀ ਹਿਮਾਇਤ ਲੈਣ ਦੇ ਲਈ, ਸਿੱਖਾਂ ਨੂੰ ਇਮੋਸ਼ਨਲ ਕਰਨ ਦੇ ਲਈ, ਸਾਡੀ ਕੌਮ ਨੂੰ ਇਮੋਸ਼ਨਲ ਕਰਨ ਲਈ, ਹੁਣ ਤੁਹਾਨੂੰ ਪੰਥ ਖਤਰੇ ਦੇ ਵਿੱਚ ਨਜ਼ਰ ਆ ਗਿਆ, ਔਰ ਜਦ ਇੰਨੇ ਸਾਲਾਂ ਤੋਂ ਪੰਥ ਖਤਰੇ ਦੇ ਵਿੱਚ ਸੀਗਾ ਤਾਂ ਤੁਹਾਨੂੰ ਨਜ਼ਰ ਨਹੀਂ ਆਇਆ। ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਦਾ ਨਵਾਜਿਆ ਹੋਇਆ ਪੰਥ ਕਿਤੇ ਕਦੇ ਖਤਰੇ 'ਚ ਨਹੀਂ ਹੁੰਦਾ ਗਾ, ਹਾਂ ਜਦੋਂ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ, ਜਦੋਂ ਕੋਈ ਉਸ ਤਰ੍ਹਾਂ ਦੀ ਕੋਈ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ, ਜੀ ਬਿਲਕੁਲ ਬੋਲਦੇ ਹਾਂ, ਉਹਦੇ 'ਤੇ ਕੋਈ ਸਮਝੌਤਾ ਨਹੀਂ, ਸਿਧਾਂਤਾਂ 'ਤੇ ਕੋਈ ਸਮਝੌਤਾ ਨਹੀਂ, ਰਾਜਨੀਤਿਕ ਸਮਝੌਤੇ ਆਪਣੀ ਥਾਂ ਹੈ। ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ, ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ, ਸਾਡੇ ਧਾਰਮਿਕ ਮੁੱਦਿਆਂ ਦੀ ਗੱਲ ਹੋਵੇ, ਅਸੀਂ ਕਦੇ ਕਿਸੇ ਨੂੰ ਵੀ ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਲੜੇ ਹੋ ਔਰ ਕਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਦੱਸੋ ਮੈਨੂੰ। ਮੈਂ ਤੁਹਾਨੂੰ ਦੱਸੋ, ਮੈਨੂੰ ਗੱਲ ਕੰਪਲੀਟ ਨਹੀਂ ਕਰਨ ਦਿੱਤੀ, ਆਹਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਯਾਦਗਾਰਾਂ ਬਣ ਰਹੀਆਂ ਸੀਗੀਆਂ, ਕਿੰਨੇ ਪ੍ਰੋਟੈਸਟ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੇ, ਕਿਸੇ ਦੀ ਸੁਣੀ ਅਸੀਂ ਆਪਦੀ, ਜੋ ਸਾਨੂੰ ਜਿਸ ਤਰ੍ਹਾਂ ਵੀ ਧਾਰਮਿਕ ਸੰਸਥਾਵਾਂ ਨੇ ਸੁਝਾ ਦਿੱਤਾ ਅਸੀਂ ਉਸੇ ਤਰ੍ਹਾਂ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਬਾਕੀ ਆ, ਪਾਣੀਆਂ ਦਾ ਮੁੱਦਾ ਸਾਡਾ ਸਟੈਂਡ ਬਹੁਤ ਚਿਰ ਦਾ ਸੇਮ ਹੈ ਐਸ ਵਾਈ ਐਲ ਤੇ। ਕੀ ਕੀਤਾ ਪਾਣੀਆਂ ਦੇ ਮੁੱਦੇ ਦੇ ਉੱਤੇ ਤੁਸੀਂ? 2014 ਤੋਂ ਕੇਂਦਰ ਹੈਗੀ ਹੈ, ਕੇਂਦਰ ਨੂੰ ਪੁਸ਼ ਕਰਦੇ ਤੁਹਾਡੀ ਬਕਾਇਦਾ ਤੁਹਾਡੇ ਜਿਹੜੇ ਸੀਨੀਅਰ ਲੀਡਰ ਨੇ ਉਹ ਕੇਂਦਰ ਦੇ ਵਿੱਚ ਮੰਤਰੀ ਨੇ, ਉਸ ਤੋਂ ਬਾਵਜੂਦ ਵੀ ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਸੁਲਝਾ ਚੁੱਕੇ, ਫਿਰ ਕਾਹਦੇ ਲਈ ਤੁਸੀਂ ਵਚਨ ਬੰਨੋ? ਆਲੂਵਾਲੀਆ ਸਾਹਿਬ, ਜੇ ਅੱਜ ਐਸ ਵਾਈ ਐਲ ਨਹੀਂ ਬਣੀ, ਇਹ ਸ਼੍ਰੋਮਣੀ ਅਕਾਲੀ ਦਲ ਕਰਕੇ ਨਹੀਂ ਬਣੇਗੀ, ਕਾਂਗਰਸ ਨੇ ਤਾਂ ਇਹਨੂੰ ਵੇਖ, ਹੁਣ ਤੁਸੀਂ ਕਾਂਗਰਸ ਨੂੰ ਬਲੇਮ ਕਰ ਦੋ, 10 ਸਾਲ ਤੁਸੀਂ ਰਾਜ ਕੀਤਾ ਤਾਂ ਕੁਝ ਕਰ ਲੈਂਦੇ, 10 ਸਾਲ ਦੇ ਵਿੱਚ 5 ਸਾਲ ਤੁਹਾਡੇ ਕੋਲ ਸਪੋਰਟ ਸੀਗੀ ਬੀਜੇਪੀ ਦੀ, ਕੇਂਦਰ ਦੀ ਸਪੋਰਟ ਸੀਗੀ, ਤਾਂ ਹੋ ਜਾਂਦਾ, ਆਰਟੀਕਲ 25B ਦੇ ਵਿੱਚ ਸੰਸ਼ੋਧਨ ਕਰਾ ਦਿੰਦੇ, ਇੰਨੇ ਮਸਲੇ ਸੀਗੇ, ਹੁਣ ਤੁਹਾਨੂੰ ਪੰਥ ਯਾਦ ਆ ਗਿਆ, ਹੁਣ ਤੁਹਾਨੂੰ ਪਤਾ ਕਿ ਤੁਹਾਡੀ ਸਿਆਸੀ ਗੇਮ ਜਿਹੜੀ ਹੈ ਉਹ ਹਲਕੀ ਪੈ ਗਈ ਹੈ, ਫਿੱਕੀ ਪੈ ਗਈ ਹੈ, ਹੁਣ ਤੁਹਾਨੂੰ ਪੰਥ ਯਾਦ ਆ ਗਿਆ। ਕਦੇ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਰਵੇ, ਸ਼੍ਰੋਮਣੀ ਅਕਾਲੀ ਦਲ ਅਗਲੀ ਸਰਕਾਰ ਬਣਾਉਣ ਜਾ ਰਿਹਾ, ਇਹ ਗੱਲ ਮੈਂ ਔਨ ਦਾ ਰੈਕਰਡ ਕਹਿ ਰਿਹਾ, ਤੁਸੀਂ ਯਾਦ ਰੱਖੋ, ਵਾਹਿਗੁਰੂ ਕਰੇ ਆਪਾਂ ਤੁਹਾਨੂੰ ਅਗਲੀ ਵਾਰ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ। ਇਹ ਤਾਂ ਤੁਸੀਂ ਹਰ ਵਾਰ ਵਾਅਦਾ ਕਰਦੇ ਹੋ, ਕਿਉਂ ਵਿਸ਼ਵਾਸ ਕਰੀਏ ਤੁਹਾਡੇ ਉੱਤੇ, ਇਹ ਤਾਂ ਤੁਸੀਂ ਹਰ ਵਾਰ ਵਾਅਦਾ ਕਰਦੇ ਹੋ।
ਅਸੀਂ ਵਾਅਦਾ ਕਰਦੇ ਹਾਂ, ਵਾਅਦੇ ਕੀਤੇ ਜਾਂਦੇ ਆ, ਅਸੀਂ ਜਿੰਨੀ ਕੋਸ਼ਿਸ਼ ਕਰਦੇ ਹਾਂ। ਤੇ ਫਿਰ ਕਹਿੰਦੇ, ਫਿਰ ਕਾਂਗਰਸ ਕਿਉਂ ਕਹਿੰਦੀ ਹੈ, ਕਾਂਗਰਸ ਦੇ ਮੰਤਰੀ ਕਿਉਂ ਕਹਿੰਦੇ ਸਾਰਾ ਪੰਜਾਬ ਖਾਲੀ ਕਰਤਾ, ਨਸ਼ੇ ਦੇ ਵਿੱਚ ਪਾਤਾ, ਮਾਫੀਆ ਬਣਾਤਾ, ਖਜ਼ਾਨਾ ਲੁੱਟ ਲਿਆ, ਕਿਉਂ ਫਿਰ ਤੁਹਾਡੇ ਉੱਤੇ ਡਿਫੇਮ ਕਰਦੀ ਹੈ? ਜੇ ਤੁਸੀਂ ਵਧੀਆ ਕੰਮ ਕੀਤੇ ਹੋਣੇ ਤਾਂ ਤੁਹਾਨੂੰ ਤੁਹਾਡੀ ਸ਼ਲਾਘਾ ਕਰਦੇ ਹਾਂ। ਸੁਣੋ, ਮੈਨੂੰ ਗੱਲ ਕੰਪਲੀਟ ਕਰ ਦਿਓ ਜੀ। 2.5 ਸਾਲ ਹੋ ਗਏ ਕਾਂਗਰਸ ਸਰਕਾਰ ਬਣੀ ਨੂੰ, ਅਜੇ ਵੀ ਖਜ਼ਾਨੇ ਨੇ ਰੌਲੇ ਪਾਈ ਜਾਂਦੇ। ਜੇ ਉਹਨੂੰ ਰਾਜ ਨਹੀਂ ਕਰਦਾ ਪਾਸੇ ਹੋ ਜਾਣਾ, ਅਸੀਂ ਸੰਭਾਲ ਲਾਂਗੇ। ਕਾਂਗਰਸ ਹਰ ਗੱਲੋਂ ਫੇਲ ਸਾਬਤ ਹੋ ਚੁੱਕੀ ਆ। ਉਹਦਾ ਸਾਡੀਆਂ ਚਕਾਈਆਂ ਚਲਾਈਆਂ ਹੋਈਆਂ ਸਕੀਮਾਂ ਨੂੰ ਵੀ ਸਿਰੇ ਲਾ ਸਕਦੇ ਗੇ। ਅੱਜ ਪੰਜਾਬ ਦਾ ਕੀ ਹਾਲ ਕਰਦਾ ਇਹਨੇ 2.5 ਸਾਲਾਂ ਦੇ ਵਿੱਚ? ਉਹ ਕਹਿੰਦੇ ਖਜ਼ਾਨਾ ਖਾਲੀ ਆ, ਚਾਰ ਚਾਰ ਐਡਵਾਈਜ਼ਰ ਲਾਈ ਬੈਠੇ ਮੁੱਖ ਮੰਤਰੀ ਨੂੰ ਕੈਬਨਿਟ ਰੈਂਕ ਦੇ। ਇਹਨਾਂ ਨੂੰ ਥੋੜੀ ਬੋੜੀ ਵੀ ਪੰਜਾਬ ਨਾਲ ਹਮਦਰਦੀ ਹੈ, ਤੁਸੀਂ ਉਹਨਾਂ ਮੁੱਦਿਆਂ ਨੂੰ ਕਿਉਂ ਨਹੀਂ? ਤੁਸੀਂ ਕਿਹਾ ਕਿ ਸਭ ਤੋਂ ਵੱਡੀ ਪਾਰਟੀ ਬਣ ਕੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਆਵੇਗੀ। ਤੁਸੀਂ ਕਿਹਾ ਕਿ ਹੁਣ ਅਗਲੀ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਦੇ ਵਿੱਚ ਆਏਗੀ, ਲੇਕਿਨ ਉੱਥੇ ਤਾਂ ਬੀਜੇਪੀ, ਹੁਣ ਬੀਜੇਪੀ ਤਾਂ ਬੜੇ ਕੌਨਫੀਡੈਂਸ ਨਾਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵਾਂਗੇ। ਦੇਖੋ, ਬੀਜੇਪੀ ਦੇ ਲੋਕਲ ਲੈਡਰ ਕੀ ਕਹਿੰਦੇ ਸਾਨੂੰ ਕੋਈ ਫਰਕ ਨਹੀਂ, ਸਾਡਾ ਸਮਝੌਤਾ ਇਲੈਕਸ਼ਨ ਸਮਝੌਤਾ ਹੈ, ਉਵੇਂ ਰਹੂਗਾ ਜੋ ਸਾਡਾ। ਤੇ ਫਿਰ ਇਲੈਕਸ਼ਨ ਸਮਝੌਤਾ ਤੁਹਾਡੇ ਨਾਲ ਹਰਿਆਣਾ ਦੇ ਵਿੱਚ ਕਿਉਂ ਨਹੀਂ ਹੋਇਆ, ਕਿਉਂ ਟੁੱਟ ਗਿਆ ਉੱਥੇ? ਹਰਿਆਣਾ ਦੇ ਏਜੰਡੇ ਸਾਡੇ ਵੱਖਰੇ ਮੁੱਦੇ। ਪਹਿਲਾਂ ਸਾਡਾ ਅਨਿਲ ਦਾ ਸਮਝੌਤਾ ਸੀ, ਸਾਡਾ ਬੀਜੇਪੀ ਦਾ ਕਦੇ ਸਮਝੌਤਾ ਹੈ ਨਹੀਂ ਸੀ। ਅਸੀਂ ਕੋਸ਼ਿਸ਼ ਕੀਤੀ ਹੈ, ਜੋ ਸਮਝੌਤਾ ਨਹੀਂ ਸਿਰਿਆ, ਸਮਝੌਤੇ ਪੋਲੀਟੀਕਲ ਸਮਝੌਤੇ ਸਿਰੇ ਚੜ੍ਹ ਵੀ ਜਾਂਦੇ, ਨਹੀਂ ਵੀ ਚੜ੍ਹਦੇ, ਪੋਲੀਟੀਕਲ ਸਾਨੂੰ ਕੋਈ ਬਾਹਲਾ ਫਰਕ ਨਹੀਂ ਗਾ। ਸਾਡਾ ਪਹਿਲਾਂ ਅਨਿਲ ਦਾ ਸਮਝੌਤਾ ਸੀ, ਬੀਜੇਪੀ ਦਾ ਤਾਂ ਕਦੇ ਸਾਡਾ ਸਮਝੌਤਾ ਹੈ ਹੀ ਨਹੀਂ ਸੀਗਾ। ਅਸੀਂ ਆਪਦੀ ਸਾਫ਼ ਕਰਨ ਕੋਸ਼ਿਸ਼ ਕੀਤੀ ਹੈ, ਉਹ ਜੇ ਨਹੀਂ ਚੜ੍ਹਿਆ ਉਹਦੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਆ ਚੁੱਕੀ, ਤੁਸੀਂ ਵੇਖ ਹੀ ਲਿਆ ਹੋਣਾ ਹੈ, ਪੰਜਾਬ ਤੇ ਬੀਜੇਪੀ ਦੀ ਸਟੇਟਮੈਂਟ ਆ ਗਈ ਹੈ ਪੰਜਾਬ ਦੇ। ਤੁਸੀਂ ਮੈਨੂੰ ਕਿਹਾ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਬਿਆਨ ਦਿੱਤਾ, ਹਿੰਦੁਸਤਾਨ ਹਿੰਦੀਆਂ ਦਾ ਔਰ ਹਿੰਦੂਆਂ ਦੇ ਲਈ, ਇਹੀ ਕਿਹਾ ਤੁਸੀਂ ਮੈਨੂੰ? ਮੈਂ ਉਹ ਹੀ ਬਿਲਕੁਲ ਉਸੇ ਗੱਲ ਨੂੰ ਕਹਿ ਰਿਹਾ ਵੀ ਜਿਹੜੀ ਆਰਐਸਐਸ ਕੀ ਕਹਿੰਦੀ ਹੈ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਸ ਮੁੱਦੇ ਤੇ ਦੁਨੀਆ ਭਰ ਦੇ ਸਿੱਖ ਇੱਕ ਪਾਸੇ ਹੈ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਪਰ ਇਹ ਮੈਂ ਜ਼ਰੂਰ ਕਹੂੰਗਾ ਅਮਰੀਕਾ ਐਜ਼ ਏ ਬੀਇੰਗ ਅਮਰੀਕਨ ਸਿੱਖ, ਇਸ ਤਰ੍ਹਾਂ ਦੀ ਬਿਆਨ ਆ ਜਿਹੜੇ ਦੇਸ਼ ਵਾਸਤੇ ਬਹੁਤ ਖਤਰੇ ਦੀ ਘੰਟੀ ਹੈ, ਇਹ ਗਲਤ ਹੈ, ਇਹ ਬੇਵਿਲ ਦੇ ਸੰਵਿਧਾਨਕ ਤੌਰ ਤੇ ਇਹ ਗਲਤ ਹੈ। ਜਿਹੜਾ ਇੰਡੀਆ ਇਸ ਦੇ ਲਹਿਵਰੇ ਹਿੰਦੂ ਰਾਸ਼ਟਰ ਜਿਹੜਾ ਇਹ ਮਤਲਬ ਕਿ ਧਾਰ, ਤੁਸੀਂ ਆਪਣੇ ਆਪ ਨੂੰ ਕੀ ਮੰਨਦੇ ਹੋ? ਚਲੋ ਇਹ ਦੱਸੋ, ਹਾਂਜੀ, ਤੁਸੀਂ ਕੀ ਮੰਨਦੇ ਹੋ? ਤੁਹਾਡੀ ਪਾਰਟੀ ਆਪਣੇ ਆਪ ਨੂੰ ਕੀ ਮੰਨਦੀ ਹੈ ਪੰਜਾਬ ਦੇ ਵਿੱਚ, ਕੀ ਮੰਨਦੀ ਹੈ? ਪੰਜਾਬ ਦੇ ਵਿੱਚ ਅਸੀਂ ਰੀਪ੍ਰੈਜੈਂਟ ਕਰਦੇ ਸ਼੍ਰੋਮਣੀ ਅਕਾਲੀ ਦੀ ਪੰਥਕ ਪਾਰਟੀ ਹੈ, ਚਲੋ ਪੰਜਾਬੀ ਪਾਰਟੀ ਹੈ, ਅਸੀਂ ਸਿੱਖਾਂ ਤੋਂ ਇਲਾਵਾ ਤੁਹਾਡਾ ਧਰਮ ਕੀ ਹੈ? ਤੁਸੀਂ ਸਿੱਖ ਹੋ? ਸਾਨੂੰ ਸਾਬਤ ਕਰਾਉਣ ਦੀ ਕੀ ਜ਼ਰੂਰਤ ਹੈ? ਸਾਨੂੰ ਗੁਰੂ ਮਹਾਰਾਜ ਨੇ ਸਾਨੂੰ, ਤੁਹਾਡਾ ਭਾਰਤ ਦੇ ਵਿੱਚ ਸੰਵਿਧਾਨ ਤਾਂ ਮੰਨਦਾ ਹੀ ਨਹੀਂ ਤੁਹਾਨੂੰ ਕਿ ਤੁਸੀਂ ਸਿੱਖ ਹੋ? ਤੁਸੀਂ ਪੰਥਕ ਪਾਰਟੀ ਹੋ, ਤੁਸੀਂ ਅੱਜ ਤੱਕ ਇਹੀ ਨਹੀਂ ਐਲਾਨ ਕਰਵਾ ਪਾਏ ਆਰਟੀਕਲ 25B, ਕਿਉਂ ਅਸੀਂ ਸੰਸ਼ੋਧਨ ਮੰਗਦੇ ਹਾਂ? ਕਿਉਂ ਅੱਜ ਪੂਰੀ ਕੌਮ ਇਸ ਗੱਲ ਦੇ ਪਿੱਛੇ ਪਈ ਹੋਈ ਹੈ? ਆਲੂਵਾਲੀਆ ਸਾਹਿਬ, ਤੁਸੀਂ ਸਿੱਖਾਂ ਨੂੰ ਭਾਰਤ ਦੇ ਕੱਲੀ ਨਜ਼ਰੀ ਤੋਂ ਨਾ ਦੇਖੋ, ਸਿੱਖ ਦੁਨੀਆ ਭਰ ਦੇ ਵਿੱਚ ਆਪਣੇ ਆਪ ਚ ਪਾਵਰਫੁਲ ਹੈ, ਸਾਨੂੰ ਕਿਸੇ ਤੋਂ, ਉਹ ਤਾਂ ਆਪਣੇ ਆਪ ਨੂੰ ਬਣਾਇਆ ਜੀ, ਜੇਕਰ ਉਹ ਤਾਂ ਆਪਣੇ ਆਪ ਨੂੰ ਬਣਾਇਆ ਸੱਤ ਸਮੁੰਦਰ ਪਾਰ ਆ ਕੇ ਸਾਰੇ ਪੰਜਾਬੀਆਂ ਨੇ ਪਾਵਰਫੁਲ, ਕਿਉਂਕਿ ਇੱਥੇ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦਾ। ਲੇਕਿਨ ਭਾਰਤ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਪੰਥਕ ਪਾਰਟੀ ਆਪਣੇ ਆਪ ਨੂੰ ਕਹਾਉਂਦੇ ਹੋ, ਤੁਸੀਂ ਉੱਥੇ ਕਰਵਾ ਹੀ ਨਹੀਂ ਪਾਏ ਅੱਜ ਤੱਕ, ਤੁਸੀਂ ਇਹ ਸਭ ਤੋਂ ਵੱਡਾ ਕੰਮ ਕਰਵਾ ਹੀ ਨਹੀਂ ਪਾਏ। ਹੁਣ ਤੁਹਾਡੇ ਲਈ ਪਾਣੀਆਂ ਦਾ ਮੁੱਦਾ ਸਭ ਤੋਂ ਉੱਤੇ ਆ ਗਿਆ, ਹੁਣ ਤੁਹਾਡੇ ਲਈ ਸਿੱਖਾਂ ਦਾ ਮੁੱਦਾ ਸਭ ਤੋਂ ਉੱਤੇ ਆ ਗਿਆ, ਹੁਣ ਪੰਥ ਖਤਰੇ ਦੇ ਵਿੱਚ ਵੀ ਆ ਗਿਆ, ਹੁਣ ਸਾਡੇ ਪੰਥਕ ਸਮਝੌਤੇ ਨੇ, ਸਿਆਸੀ ਸਮਝੌਤੇ ਨੇ, ਹੁਣ ਕਿੱਥੇ ਗਈ ਤੁਹਾਡੀਆਂ ਉਹ ਗੱਲਾਂ? ਜਦੋਂ ਤੁਹਾਡੀ ਡਬਲ ਸਟੈਂਡਰਡ ਪੋਲਿਟਿਕਸ ਬਰਾੜ ਸਾਹਿਬ, ਕਿਉਂ ਤਰੱਕੀ ਕਰਾਉਣੀ ਹੁੰਦੀ ਹੈ?
ਤੁਸੀਂ ਕਦੇ ਨਿਗਾਹ ਮਾਰ ਕੇ ਵੇਖੋ, 10 ਸਾਲਾਂ ਦੇ ਵਿੱਚ ਅਸੀਂ ਪੰਜਾਬ ਦਾ ਰੂਹ ਬਦਲਤੀ, ਪੰਜਾਬ ਦਾ ਨਕਸ਼ਾ ਬਦਲਤਾ। ਅੱਜ ਕਾਂਗਰਸ ਸਾਡੇ ਬਣਾਏ ਪੰਜਾਬ ਦੀਆਂ ਉਹ ਨੀਤੀਆਂ ਜਿਹੜੀਆਂ, ਇੰਨਾ ਵਧੀਆ ਤੁਸੀਂ ਨਕਸ਼ਾ ਬਦਲਿਆ, ਇੰਨਾ ਵਧੀਆ ਤੁਸੀਂ ਨਕਸ਼ਾ ਬਦਲਿਆ, ਜਿੱਥੇ ਨੰਬਰ 1 ਚ ਹੁੰਦਾ ਸੀਗਾ ਹੁਣ ਉਹਦੀ ਗਿਣਤੀ ਵੀ ਨਹੀਂ ਹੈਗੀ ਭਾਰਤ ਦੇ ਮੈਪ ਦੇ ਉੱਤੇ। ਤੁਹਾਡਾ ਗੁਆਂਢੀ ਜਿਹੜਾ ਗੁਆਂਢੀ ਨਾਲ ਦਾ ਸੂਬਾ ਉਹ ਟੌਪ 10 ਚ ਚਲਾ ਗਿਆ, ਤੁਸੀਂ ਟੌਪ 10 ਚ ਵੀ ਨਹੀਂ ਹੋ। ਇੰਨਾ ਵਧੀਆ ਤੁਸੀਂ ਨਕਸ਼ਾ ਬਣਾਇਆ ਪੰਜਾਬ ਦਾ। ਕਾਂਗਰਸ ਦਾ ਸਾਨੂੰ 10 ਸਾਲ ਦਾ ਟਾਈਮ ਮਿਲਿਆ, ਉਸ ਸਮੇਂ ਦੇ ਤੁਸੀਂ ਡੈਟੇ ਕਢਾ ਲਓ, ਇਕਨੋਮੀ ਦੇ ਤੌਰ ਤੇ, ਇਨਫਰਾਸਟ੍ਰਕਚਰ ਦੇ ਤੌਰ ਤੇ ਸਾਡੀ। ਮੈਂ ਅਗਰ ਉਸ ਤੇ ਆਇਆ ਨਾ ਬਰਾੜ ਸਾਹਿਬ, ਮੈਂ ਉਸ ਉਹਨਾਂ ਗੱਲਾਂ ਤੇ ਉੱਤੇ ਆਇਆ ਤੇ ਮੈਨੂੰ ਲੱਗਦਾ ਕਿ ਉਹ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਮੈਂ ਜ਼ਰੂਰ ਆਵਾਂਗਾ, ਉਸ ਇਸ਼ੂ ਨੂੰ ਵੀ ਲੈ ਕੇ ਆਵਾਂਗਾ, ਤੁਸੀਂ ਕੀਤਾ ਕੀ ਉਹ ਤੁਸੀਂ ਕਰ ਕੀ ਰਹੇ ਹੋ। ਪਰ ਮੈਨੂੰ ਇਹ ਡਬਲ ਸਟੈਂਡਰਡ ਪੋਲਿਟਿਕਸ ਤੁਹਾਡੀ ਪਾਰਟੀ ਦੀ ਸਮਝ ਨਹੀਂ ਆਉਂਦੀ। ਚਲੋ ਸਾਡੇ ਦਰਸ਼ਕ ਇਸ ਗੱਲ ਦਾ ਫੈਸਲਾ ਕਰ ਲੈਣਗੇ, ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਉਹ ਆਪਣੇ ਪ੍ਰਤੀਕਰਮ ਸਾਡੇ ਨਾਲ। ਮਿਹਰਬਾਨੀ ਤੁਹਾਡੀ ਅਬਰਾਰ ਸਾਹਿਬ, ਤੁਸੀਂ ਇਸ ਮੰਚ ਦੇ ਉੱਤੇ ਆਏ, ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਔਰ ਬ੍ਰੇਕ ਤੋਂ ਬਾਅਦ ਜਦ ਮੈਂ ਵਾਪਿਸ ਆਵਾਂਗਾ ਲਵਾਂਗਾ ਤੁਹਾਡੇ ਰਿਐਕਸ਼ਨ ਇਸ ਬ੍ਰੇਕ ਤੋਂ ਉਸ ਪਾਰ। ਇੱਕ ਵਾਰ ਤੁਹਾਡਾ ਸਵਾਗਤ ਹੈ ਇਸ ਵਿਸ਼ੇ ਦੇ ਉੱਤੇ, ਮੈਂ ਹੁਣ ਤੁਹਾਡੇ ਪ੍ਰਤੀਕਰਮ ਲੈਣਾ ਚਾਹੁੰਦਾ, ਤੁਸੀਂ ਕੀ ਸਮਝਦੇ ਹੋ ਔਰ ਤੁਹਾਡੇ ਕੀ ਵਿਚਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਚਾਨਣਾ ਪਾ ਲੈਂਦੇ ਹਾਂ। ਲੈਂਦੇ ਅਸੀਂ ਆਪਣੇ ਦਰਸ਼ਕਾਂ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਲੂਵਾਲੇ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਸਿੰਘ ਖਾਲਸਾ ਬੋਲਦਾ ਮਿਸ਼ੀਗਨ ਤੋਂ। ਜੀ ਭੁਪਿੰਦਰ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ। ਆਲੂਵਾਲੀਆ ਸਾਹਿਬ, ਮੈਂ ਨਾ ਕਾਫੀ ਤੁਹਾਡਾ ਅੱਜ ਦਾ ਮੁੱਦਾ ਵੇਖਦਾ ਜੀ, ਔਰ ਤੁਸੀਂ ਸਮੇਂ ਸਮੇਂ ਤੇ ਚੰਗੇ ਵਿਚਾਰਾਂ ਵਾਲਾ ਵੀ ਲੈ ਕੇ ਆਉਂਦੇ ਹੋ ਜੀ, ਔਰ ਅੱਜ ਜਿਹੜਾ ਤੁਸੀਂ ਮੁੱਦਾ ਲਿਆਂਦਾ ਜੀ, ਇਹ ਮੇਰਾ ਖਿਆਲ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਘੁਮਾਉਣਾ ਚਾਹੁੰਦੇ ਹੋ। ਕਿੱਥੇ ਘੁਮਾਉਣਾ ਚਾਹੁੰਦੇ ਆ ਜੀ? ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ, ਉਹਨਾਂ ਦੇ ਦੁਆਲੇ ਘੁਮਾਉਣਾ ਚਾਹੁੰਦੇ ਆ। ਹੈਲੋ, ਹਾਂਜੀ ਹਾਂਜੀ, ਸੁਣ ਰਿਹਾ ਮੈਂ ਤੁਹਾਨੂੰ। ਬੁਲਾਰੇ ਨੂੰ ਅਸੀਂ ਲੈ ਕੇ ਵੀ ਆਏ ਜੀ 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 ਜੀ, ਤੁਹਾਨੂੰ ਨੀ ਲੱਗਦਾ ਕਿ ਹੁਣ ਜਦ ਬੀਜੇਪੀ ਜਾਂ ਫਿਰ ਉਹਨਾਂ ਦੇ ਜਿਹੜੇ ਆਗੂ ਨੇ ਹੁਣ ਉਹ ਸਟਰੋਂਗ ਹੋ ਰਹੇ ਹਨ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਯਾਦ ਆ ਰਿਹਾ? ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਹਮੇਸ਼ਾ ਯਾਦ ਰਿਹਾ ਔਰ ਹਮੇਸ਼ਾ ਯਾਦ ਰਹੂਗਾ। ਤੁਸੀਂ ਇਹ ਗੱਲ ਕਿਉਂ ਭੁੱਲ ਜਾਂਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਇੱਕ ਪੰਥਕ ਜਮਾਤ ਹੈ ਔਰ ਸਿੱਖਾਂ ਦੀ ਨੁਮਾਇੰਦਾ ਜਮਾਤ ਆ। ਮੈਨੂੰ ਦੱਸੋ ਵੀ ਹੋਰ ਕਿਹੜੀ ਜਮਾਤ ਹੈ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ? ਮੇਰੀ ਇੱਕ ਗੱਲ ਦਾ ਜਵਾਬ ਤੁਸੀਂ ਦੇ ਦਿਓ ਭੁਪਿੰਦਰ ਸਿੰਘ ਜੀ, ਹੋਰ ਸਾਡੀ ਪੋਲੀਟੀਕਲ ਜਮਾਤ ਆ ਜਿਹੜੀ ਇੰਡੀਆ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਜਾਂ ਵਰਲਡ ਲੈਵਲ ਤੇ ਸਿੱਖਾਂ ਦੀ? ਤੇ ਫਿਰ ਜੇ ਉਹਨੂੰ ਆਪਣੇ ਆਪ 'ਚ ਇੰਨਾ ਹੀ ਵਿਸ਼ਵਾਸ ਹੈਗਾ ਤਾਂ ਬੀਜੇਪੀ ਦੇ ਨਾਲ ਫਿਰ ਭਾਈਵਾਲ ਤੋੜ ਕੇ ਫਿਰ ਪੰਥਕ ਇਸ਼ੂਜ਼ ਨੂੰ ਹੀ ਅੱਗੇ ਰੱਖੇ ਨਾ। ਕੇਂਦਰ ਦੇ ਵਿੱਚ ਸੀਟ ਵੀ ਚਾਹੀਦੀ ਹੈ, ਕੇਂਦਰ ਦੇ ਵਿੱਚ ਤੁਹਾਨੂੰ ਮਿਨਿਸਟਰੀ ਵੀ ਚਾਹੀਦੀ ਹੈ, ਪਾਣੀਆਂ ਦਾ ਮੁੱਦਾ ਵੀ ਹੁਣ ਯਾਦ ਆ ਰਿਹਾ ਭੁਪਿੰਦਰ ਸਿੰਘ ਜੀ। ਨਹੀਂ, ਮੈਨੂੰ ਤੁਸੀਂ ਦੱਸੋ ਕਿ ਕਿਹੜੇ ਇਸ਼ੂਜ਼ ਤੁਸੀਂ ਪੰਥ ਦੇ ਅੱਜ ਅੱਗੇ ਲੈ ਕੇ ਆਏ ਹੋ? ਅੱਜ ਤੁਹਾਨੂੰ ਹਰ ਕੋਈ ਯਾਦ ਆ ਰਿਹਾ? ਮੇਰੀ ਇੱਕ ਬੇਨਤੀ ਸੁਣੋ ਪਹਿਲਾਂ। ਬਿਲਕੁਲ ਬਿਲਕੁਲ ਬਿਲਕੁਲ, ਸੁਣਾਓ ਤੁਸੀਂ ਬੇਨਤੀ। ਇਸ ਮੰਚ ਦੇ ਉੱਤੇ ਤੁਸੀਂ ਬੈਠੇ ਹੋ ਜੀ ਜੀ ਜੀ, ਜਿਵੇਂ ਜਿਵੇਂ ਤੁਹਾਨੂੰ ਵਿਹਾਰ ਕਰਨਾ ਚਾਹੀਦਾ ਨਾ, ਤੁਸੀਂ ਆਪੇ ਤੋਂ ਬਾਹਰ ਨਾ ਹੋਇਆ ਕਰੋ।
ਨਹੀਂ ਤੁਸੀਂ ਦੱਸੋ ਨਾ, ਮੈਂ ਤਾਂ ਤੁਹਾਡੇ ਨਾਲ ਮੈਂ ਤਾਂ ਸਿੰਪਲ ਸਵਾਲ ਕਰ ਰਿਹਾ ਤੁਹਾਨੂੰ, ਤੁਸੀਂ ਦੱਸੋ, ਤੁਸੀਂ ਮੇਰੇ ਆਪੇ ਦੀ ਚਿੰਤਾ ਛੱਡੋ, ਮੈਨੂੰ ਮੇਰੀ ਆਪੇ ਦੀ ਚਿੰਤਾ ਛੱਡੋ, ਕਿਉਂਕਿ ਦਰਦ ਹੈ। ਜੇ ਤੁਹਾਡੇ ਅੰਦਰ ਦਰਦ ਨਹੀਂ ਹੈ ਤਾਂ ਮੈਂ ਉਸ ਗੱਲ ਨਹੀਂ ਕਹਿਣਾ ਚਾਹਾਂਗਾ। ਜੇ ਤੁਹਾਡੇ ਅੰਦਰ ਦਰਦ ਹੈ ਤਾਂ ਦੱਸੋ ਕਿਹੜੇ ਪੰਥਕ ਇਸ਼ੂਜ਼ ਦੇ ਉੱਤੇ ਤੁਸੀਂ ਸਟੈਂਡ ਲਿਆ। ਜੇ ਤੁਸੀਂ ਮੈਂ ਤੁਹਾਨੂੰ ਇੱਕੋ ਸਵਾਲ ਕੀਤਾ, ਤੁਸੀਂ ਮੈਨੂੰ ਸਵਾਲ ਨਾ ਕਰੋ, ਤੁਸੀਂ ਸਵਾਲ ਦਾ ਜਵਾਬ ਦਿਓ। ਮੈਂ ਤੁਹਾਡੇ ਸਵਾਲਾਂ ਦਾ ਜਵਾਬ ਲੈਣ ਲਈ ਨਹੀਂ ਇੱਥੇ ਬੈਠਿਆ, ਮੈਂ ਤੁਹਾਨੂੰ ਸਵਾਲ ਕਰ ਰਿਹਾ। ਜੇਕਰ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੱਸੋ ਕੀ ਕੀਤਾ ਤੁਸੀਂ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਮੈਂ ਸਮਾਂ ਜ਼ਿਆਦਾ ਨਾ ਲੈਂਦਿਆਂ ਹੋਇਆ ਆਪਣੇ ਦਰਸ਼ਕਾਂ ਨੂੰ ਵੀ ਸੁਣਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਮੈਂ ਹਰਜੀਤ ਸਿੰਘ ਹੁੰਦਲ ਬੋਲਦਾ ਜੀ, ਵਾਸ਼ਿੰਗਟਨ ਡੀਸੀ ਵਰਜੀਨੀਆ ਤੋਂ। ਸਤਿ ਸ਼੍ਰੀ ਅਕਾਲ ਹੁੰਦਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਮੁੱਦੇ ਦਾ ਸੁਣ ਰਿਹਾ, ਬੜੀ ਵਧੀਆ ਗੱਲ ਆ, ਬੜਾ ਵਧੀਆ ਮੁੱਦਾ ਆ ਜੀ। ਪਰ ਆਂਦੂਵਾਲੀਆ ਸਾਹਿਬ, ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਜੀ। ਤੁਸੀਂ ਸਕਰੀਨ ਤੋਂ ਤੁਹਾਨੂੰ ਇੱਕ ਨੀ, ਦੋ ਦੀ, ਤਿੰਨ ਨੀ, ਘੱਟੋ ਘੱਟ ਮਿਲੀਅਨ ਬਿਲੀਅਨ ਲੋਕ ਸੁਣਦੇ ਨੇ ਜੀ ਜੀ। ਤੁਸੀਂ ਹੈਪਰ ਬੜੀ ਛੇਤੀ ਹੁੰਦੇ ਹੋ ਜੀ, ਕਿਉਂਕਿ ਲੋਕਾਂ ਦੇ ਸਾਹਮਣੇ ਤੁਸੀਂ ਵਿਚਾਰ ਰੱਖਣੇ, ਲੋਕਾਂ ਦੇ ਵਿਚਾਰ ਸੁਣਨੇ ਆ, ਤੇ ਜਿਹਨਾਂ ਨੂੰ ਤੁਸੀਂ ਆਪਣੀ ਗੱਲ ਐਵੇਂ ਰੱਖਾਂਗੇ। ਤੁਸੀਂ ਕੀ ਇਸ ਮੰਚ ਦੇ ਉੱਤੇ ਤੁਸੀਂ ਕੀ ਰੱਖਣਾ ਚਾਹੁੰਦੇ ਹੋ, ਆਪਣੀ ਗੱਲ ਦੱਸੋ ਤੁਸੀਂ। ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਪੰਜਾਬ ਦੇ ਮੁੱਦਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਭਟਕ ਗਿਆ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਵਾਜ਼ ਪਾਣੀਆਂ ਦੀ ਚੁੱਕੀ ਹੈ, ਆਵਾਜ਼ ਚੁੱਕਣਾ ਔਰ ਉਹਨੂੰ ਜ਼ਮੀਨੀ ਪੱਧਰ ਤੇ ਕਰਕੇ ਵਿਖਾਉਣਾ, ਦੋਨਾਂ ਦੇ ਵਿੱਚ ਫਰਕ ਹੈ। ਤੁਸੀਂ ਕਦੇ ਇਹ ਗੱਲ ਕੀਤੀ ਹੈ ਵੀ ਕਾਂਗਰਸ ਨੇ ਜਦੋਂ ਨਹਿਰ ਕੱਢਣ ਲੱਗੇ ਹਰਿਆਣੇ ਦੇ ਵਿੱਚ, ਤੇ ਕਾਂਗਰਸ ਨੇ ਚਾਂਦੀ ਦੀ ਕੜਾਈ ਤੇ ਕਈ ਲੱਗੀ ਸੀਗੀ, ਇੰਦਰਾ ਗਾਂਧੀ ਨੂੰ ਟੱਕ ਲਾਉਣ ਲੱਗਾ, ਕਦੇ ਉਹ ਗੱਲ ਲਿਆਂਦੀ ਹੈ? ਕਾਂਗਰਸ ਨੇ ਵੀ ਨਹੀਂ ਕੀਤਾ ਜੀ, ਕਾਂਗਰਸ ਨੇ ਵੀ ਬਿਲਕੁਲ ਨਹੀਂ ਕੀਤਾ, ਉਹ ਵੀ ਉਨੀ ਹੀ ਕਸੂਰਵਾਰ ਹੈ ਜਿੰਨੀ ਹੋਰ ਉੱਥੇ ਰਵਾਇਤੀ ਪਾਰਟੀਆਂ ਹਨ। ਸਾਡੇ ਨਾਲ ਧੋਖਾ ਕੀਤਾ, ਇਸ ਗੱਲ ਨੂੰ ਅਸੀਂ ਜ਼ਰੂਰ ਕਵਾਂਗੇ, ਔਰ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਐਜ਼ ਅ ਮੀਡੀਆ ਹਾਊਸ, ਅਸੀਂ ਸਵਾਲ ਵੀ ਪੁੱਛਾਂਗੇ, ਜੇ ਤੁਹਾਨੂੰ ਠੀਕ ਲੱਗੇ ਜਾਂ ਨਹੀਂ ਲੱਗੇ ਅਸੀਂ ਜ਼ਰੂਰ ਪੁੱਛਾਂਗੇ। ਜੇਕਰ ਤੁਹਾਡੇ ਕੋਲ ਕੋਈ ਵਾਜਿਬ ਸਵਾਲ ਦਾ ਜਵਾਬ ਹੈ ਤਾਂ ਦਿਓ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦਾ ਵੀ ਵਿਚਾਰ ਆਪਾਂ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਧਰ ਪਿਆਰਾ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਜੀ 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 ਜੀ, ਮੈਂ ਔਲੀਅਰ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ, ਤੁਹਾਡੇ ਸਰ ਨਾਲ ਆਏ ਸੀ, ਬਰਾੜ ਸਾਹਿਬ ਆਏ ਸੀਗੇ ਜੀ ਫੋਨ ਦੇ ਉੱਤੇ ਜੀ, ਤੇ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਤੁਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਨੂੰ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਵੀ ਫੋਟੋ ਆਣੀਆਂ ਨਜ਼ਰ ਆ ਗਈਆਂ, ਸਾਰਾ ਕੁਝ ਨਜ਼ਰ ਆ ਗਿਆ। ਜਦੋਂ ਸੰਨ 84 ਦਾ ਮਸਲਾ ਹੋਇਆ, ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਉਸ ਟਾਈਮ ਤਾਂ ਇਹ ਹੈਲੀਕਾਪਟਰ ਰਾਤ ਨੂੰ ਉੱਡ ਕੇ ਚਲੇ ਜਾਂਦੇ ਸੀ, ਉਦੋਂ ਜੇ ਸੰਤ ਜਰਨੈਲ ਸਿੰਘ ਦੀਆਂ ਫੋਟੋ ਉਦੋਂ ਨਜ਼ਰ ਆ ਜਾਂਦੀਆਂ, ਤਾਂ ਮੇਰਾ ਖਿਆਲ ਹੈ ਕਿ ਮੇਰੀ ਇਹ ਦਿਲ ਦੀ ਇੱਛਾ ਆ ਕਿ ਕਦੀ ਵੀ ਆਰਮੀ ਦਾ ਅਟੈਕ ਨਹੀਂ ਹੁੰਦਾ ਜੀ, ਕਿਉਂਕਿ ਉਹ ਸਾਡਾ ਭਰਾ ਸੀ, ਸਾਡਾ ਗੁਰੂ ਸੀ, ਸਾਡਾ ਬਜ਼ੁਰਗ ਸੀ, ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਠੰਡਾ ਸ਼ਾਂਤ ਕਰਕੇ ਅਸੀਂ ਹਰਿਮੰਦਰ ਸਾਹਿਬ ਨੂੰ ਬਚਾ ਸਕਦੇ ਸੀ ਜੀ, ਕਿਉਂਕਿ ਉਸ ਆਪਰੇਸ਼ਨ ਦੇ ਵਿੱਚ ਸਾਨੂੰ ਵੀ ਬਹੁਤ ਦੁੱਖ ਹੋਇਆ, ਇਹ ਨਹੀਂ ਕਿ ਮੈਂ ਇੱਕ ਫੌਜੀ ਹੋਣ ਦੇ ਨਾਤੇ ਮੈਨੂੰ ਦੁੱਖ ਨਹੀਂ ਹੋਇਆ, ਬਹੁਤ ਦੁੱਖ ਹੋਇਆ। ਜੇ ਉਸ ਟਾਈਮ ਇਹ ਬਰਾੜ ਸਾਹਿਬ ਵਰਗੇ ਬੰਦੇ ਸੰਭਲ ਜਾਂਦੇ ਤਾਂ ਕਦੀ ਵੀ ਹਰਿਮੰਦਰ ਸਾਹਿਬ ਤੇ ਹਮਲਾ ਨਾ ਹੁੰਦਾ,
ਔਰ ਕਦੀ ਵੀ ਹਰਿਮੰਦਰ ਸਾਹਿਬ ਤੇ ਏਡਾ ਵੱਡਾ ਦਾਗ ਨਾ ਲੱਗਦਾ। ਇਹ ਮੇਰੀ ਗੱਲ ਉਹਨਾਂ ਨੂੰ ਪਹੁੰਚਾ ਦਿਓ ਕਿ ਜਿੱਥੇ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਆ ਸਨ 84 ਦੇ ਬਾਰੇ, ਮੈਂ ਇੱਕ ਇੱਕ ਸਵਾਲ ਦਾ ਜਵਾਬ ਦੇਊਂਗਾ ਉਹਨਾਂ ਨੂੰ ਔਰ ਇੱਕ ਇੱਕ ਚੀਜ਼ ਦੱਸੂਗਾ ਕਿ ਤੁਸੀਂ ਅਕਾਲੀ ਦਲ ਨੇ ਕਿਆ ਕੀਤਾ ਉਸ ਟਾਈਮ। ਜੀ 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 ਉਦੋਂ ਰਾਤ ਨੂੰ ਹੈਲੀਕਾਪਟਰ ਚੜ੍ਹ ਕੇ ਜਾਂਦੇ ਸੀ ਮੀਟਿੰਗ ਕਰਕੇ, ਸ਼ਾਮ ਫੇਰ ਆ ਜਾਂਦੇ ਸੀ ਉੱਥੇ, ਉਦੋਂ ਕਿੱਥੇ ਇਹ ਗਏ ਹੋਏ ਸੀਗੇ। ਇਸ ਕਰਕੇ ਆਪਣੇ ਸਿੱਖਾਂ ਦੀ ਕੌਮ ਇੱਕ ਬੜੀ ਅਨਮੋਲ ਕੌਮ ਆ, ਵੱਡੀ ਕੌਮ ਹੈ, ਉਹਨੂੰ ਖਰਾਬ ਕਰਨ ਲਈ ਇੱਕ ਮਿੰਟ ਲੱਗਦਾ, ਉਹਨੂੰ ਬਣਾਉਣ ਲਈ ਬਹੁਤ ਟਾਈਮ ਲੱਗਦਾ। ਜਿੱਦਾਂ ਸਾਡੇ ਪੁਰਖਾਂ ਨੇ ਬਣਾਈ ਆ ਉੱਦਾਂ ਬਣਾਈ ਰੱਖੋ ਔਰ ਉਹਦੀ ਇੱਜ਼ਤ ਮਾਣ ਕਰੋ, ਚਾਹੇ ਤੁਹਾਨੂੰ ਆਪਣਾ ਸੀਸ ਵੀ ਦੇਣਾ ਪਵੇ। ਜੀ 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 ਮੈਂ ਇੰਨਾ ਕਹਿ ਕੇ ਸਮਾਪਤ ਕਰਦਾ। ਬੜੀ ਸਾਹਿਬ ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਵਾਲੀਆ ਸਾਹਿਬ, ਚਰਨ ਸਿੰਘ ਪ੍ਰੇਮਪੁਰਾ ਬੋਲਦਾ, ਨਿਊਯਾਰਕ ਤੋਂ। ਹਾਂਜੀ ਪ੍ਰੇਮਪੁਰਾ ਸਾਹਿਬ, ਠੀਕ ਹੋ? ਕਿਰਪਾ ਕਿਰਪਾ ਮਾਲਕ ਦੀ, ਤੁਸੀਂ ਸੁਣਾਓ। ਬਸ ਜੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਹਾਡੇ ਸਾਰੇ ਸਰੋਤਿਆਂ ਨੂੰ ਚਾਰ ਭਰੀ ਸਤਿ ਸ੍ਰੀ ਅਕਾਲ। ਜੀ 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 ਪ੍ਰੇਮਪੁਰਾ ਸਾਹਿਬ, ਵੇਖੋ ਜੀ, ਸਿੱਖ ਕੌਮ ਜਿੰਨੀ ਵੀ ਬਾਹਰ ਵਸਦੀ ਨਾ ਜੀ, ਸਾਰਿਆਂ ਨੂੰ ਪੰਜਾਬ ਦਾ ਦਰਦ ਹੈ ਜੀ, ਔਰ ਆਪਣੇ ਧਰਮ ਦਾ ਪੰਥ ਦਾ ਜੀ, ਸਭ ਨੂੰ ਹੱਕ ਕੇ ਸੁਣਨ ਦਾ ਵੀ ਕੀ ਹੋ ਰਿਹਾ ਜੀ। ਔਰ ਜਿਵੇਂ ਸਾਡੇ ਸੱਜਣ ਬੋਲ ਕੇ ਗਏ ਨਾ ਵੀ ਸ਼੍ਰੋਮਣੀ ਅਕਾਲੀ ਦਲ, ਉਹ ਸ਼੍ਰੋਮਣੀ ਅਕਾਲੀ ਦਲ ਸਾਂਝਾ ਨਹੀਂ, ਇਹ ਬਾਦਲ ਅਕਾਲੀ ਦਲ ਹੈ। ਥੋੜੀ ਜਿਹੀ ਤੁਸੀਂ ਵੀ ਲੈਂਗੁਏਜ ਸਿੱਧੀ ਕਰੋ ਜੀ। ਇਹਨਾਂ ਨੇ ਪੰਥ ਤੇ ਬੜੀ ਦੂਰ ਰਹਿ ਗਿਆ, ਗੁਰੂ ਦੀ ਪਹਿਲਾਂ ਬੇਅਦਬੀ ਦਾ ਤੇ ਇਹਨਾਂ ਮੁੱਲ ਪਾਇਆ ਨੀ ਜੀ, ਤੇ ਪੰਥ ਦਾ ਹੋਕਾ ਦੇਣ ਦਾ ਤੇ ਤਦ ਹੀ ਇਹਨਾਂ ਦਾ ਹੱਕ ਬਣਦਾ ਨਾ। ਦੁਨੀਆਂ ਨੇ ਇਹਨਾਂ ਨੂੰ ਨਕਾਰਿਆ ਕਿਉਂ ਹੈ? ਜਿੰਨੇ ਚਿਰ ਅੱਟੀ ਸੱਟੀ ਖੇਡੀ ਜਾਣ, ਧੋਖੇ ਕਰੀ ਜਾਣ, ਉਦੋਂ ਤੱਕ ਪਬਲਿਕ ਨੇ ਵੀ ਜਰਿਆ ਤੇ ਰੱਬ ਨੇ ਵੀ ਇਹਨਾਂ ਨੂੰ ਬਖਸ਼ਿਆ। ਜਦੋਂ ਗੁਰੂ ਦੀ ਆਂਚ ਆਈ ਨਾ, ਉਦੋਂ ਸਾਰਿਆਂ ਦੇ ਹਿਰਦੇ ਬਲੂੰਦਰੇ ਗਏ ਨੇ। 117 ਤੋਂ 15 ਦੇ ਆਏ ਕਿਉਂ ਨੇ? ਤੋ ਬੀਜੇਪੀ ਇਹਨਾਂ ਨੂੰ ਛਿਣਕਦੀ ਕਿਉਂ ਪਈ? ਜੀ ਜੀ ਜੀ, ਉਹਨਾਂ ਵੇਖ ਲਿਆ ਇਹਨਾਂ ਦੇ ਨਿੰਬੂ ਚ ਕੋਈ ਰਸ ਰਹਿ ਗਿਆ। ਚਲੋ ਮਿਹਰਬਾਨੀ ਪ੍ਰੇਮਪੁਰਾ ਸਾਹਿਬ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਬੂਟਾ ਸਿੰਘ ਬੋਲਦਾ ਜੀ। ਜੀ ਬੂਟਾ ਸਿੰਘ ਜੀ, ਕੀ ਵਿਚਾਰ ਰੱਖਣਾ ਚਾਹੋਗੇ? ਅੱਛਾ ਜੀ, ਇਹ ਜਿਹੜੇ ਬਾਈ ਜੀ ਬੋਲਦੇ ਸੀਗੇ, ਪਹਿਲੀ ਗੱਲ ਤਾਂ ਇਹ ਅਕਾਲੀ ਦਲ ਦੇ ਪੂਰੇ ਪੱਕੇ ਕੱਟੜ ਹੈਗੇ ਆ, ਹਨਾ ਜੀ ਜੀ। ਵੇਖੋ ਇਹਨਾਂ ਨੂੰ ਇਹ ਪੁੱਛੋ ਵੀ ਹਰਿਆਣੇ ਚ ਜਿਹੜਾ ਦੇਵੀ ਲਾਲ ਤੋਂ ਉਹਨਾਂ ਨੇ ਪੈਸੇ ਲਿਆ ਸੀ 3 ਕਰੋੜ ਬਾਦਲ ਨੇ, ਤੇ ਨਹਿਰ ਦੀਆਂ ਉੱਚੀ ਕਰਾ ਕੇ ਤੇ ਉਹਨਾਂ ਨੂੰ ਪਾਣੀ ਦਿੱਤਾ, ਤੇ ਦੂਜਾ ਜਿਹੜਾ ਅੰਮ੍ਰਿਤਸਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਦਰਬਾਰ ਸਾਹਿਬ ਤੇ, ਉਹ ਬਾਦਲ ਦੇ ਕਹਿਣ ਤੇ ਹੀ ਹੋਇਆ ਸੀ ਨਾਲ, ਵੀ ਅਸੀਂ ਸਾਨੂੰ ਇਹ ਪਿੰਡ ਵਾਲੇ ਤੋਂ ਵੀ ਡਰ ਲੱਗਦਾ, ਸਾਥੋਂ ਇਹ ਰਾਜਭਾਗ ਖੋ ਲੈਣਗੇ ਤੇ ਇਹਨਾਂ ਨੂੰ ਮਾਰੋ, ਇਹਨਾਂ ਨੂੰ ਇਹ ਆਪ ਅੱਗ ਲਾ ਕੇ ਤੇ ਪਛਾਹ ਹੋ ਗਏ ਸੀ। ਤੇ ਫਿਰ ਇਹਨਾਂ ਨੂੰ ਪੁੱਛੋ ਵੀ ਆ ਜਿਹੜਾ ਪਰਸੋਂ ਜੋ ਉੱਥੇ ਮੋਹਨ ਭਾਗਵਤ ਨੇ ਬਿਆਨ ਦਿੱਤਾ, ਉਹਦੇ ਚ ਇਹਨਾਂ ਦਾ ਕੀ ਕਹਿਣਾ ਹੈ? ਬੋਲੇ ਕੋਈ ਜੀ? ਉਹ ਸ਼ਰੇਆਮ ਪਈ ਜਾਂਦੇ ਇਹਨਾਂ ਨੂੰ ਜੀ? ਉਹੀ ਤਾਂ ਗੱਲ ਕਹਿ ਗਿਆ ਕਿ ਅਸੀਂ ਸਟੈਂਡ ਚੱਕਿਆ ਆਪਣਾ, ਮੋਹਨ ਭਾਗਵਤ ਨੇ ਬੋਲਿਆ ਤੇ ਅਸੀਂ ਆਪਣਾ ਸਟੈਂਡ ਚੱਕਿਆ, ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ, ਅਸੀਂ ਕਿਹਾ ਕਿ ਅਸੀਂ ਸਿੱਖਾਂ, ਅਸੀਂ ਨਹੀਂ ਮੰਨਾਂਗੇ ਤੁਹਾਨੂੰ। ਪਰ ਇਹਨਾਂ ਨੇ ਕਿਸੇ ਨੇ ਅਕਾਲੀ ਦਲ ਦੇ ਕਿਸੇ ਪ੍ਰਧਾਨ ਨੇ ਜਾਂ ਜਿਹੜੇ ਕੋਈ ਉੱਥੇ ਬੈਠੇ ਆ ਵਿੱਚ, ਇਹਨਾਂ ਨੇ ਵੋਟ ਪਾਈ ਆ ਵੀ 370 ਧਾਰਾ ਹਟਾਓ ਜੀ ਜੀ ਜੀ। ਫਿਰ ਇਹਨਾਂ ਨੇ ਚੰਡੀਗੜ੍ਹ ਦਾ ਜਿਹੜਾ ਮਸਲਾ ਸੀ, ਉਹ ਵੀ ਇਹਨਾਂ ਨੇ ਨਿਊ ਚੰਡੀਗੜ੍ਹ ਆਪਦੀ ਜ਼ਮੀਨ ਲੈ ਕੇ ਉੱਥੇ ਬਣਾ ਕੇ ਬਿਲਡਿੰਗਾਂ ਬਣਾ ਲਈਆਂ, ਉੱਥੇ ਸਾਰਾ ਹੱਕ ਆਪ ਇਹਨਾਂ ਨੇ ਖੋਇਆ ਅਕਾਲੀ ਦਲ ਨੇ, ਜਿਹਨਾਂ ਦੀ ਦੇਣ ਹੈਗੀ ਪੰਜਾਬ ਨੂੰ ਤੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ, ਇਹਦਾ ਆਪਦੇ ਢਿੱਡ ਭਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸੁਖਵੰਤ ਸਿੰਘ ਬੋਲ ਰਿਹਾ ਜੀ। ਜੀ ਸੁਖਵੰਤ ਸਿੰਘ ਜੀ, ਅੱਛਾ ਪ੍ਰੋਗਰਾਮ ਲੈ ਕੇ ਆਏ ਹੋ ਜੀ,
ਇਹ ਜਿਹੜਾ ਬਰਾੜ ਸਾਹਿਬ ਆ ਇਹਨੂੰ ਮੈਨੂੰ ਸੁਣਦੇ ਨੂੰ ਮੇਰਾ ਖਿਆਲ 10-15 ਸਾਲ ਹੋ ਗਏ ਜੀ। ਇੱਕ ਬਰਾੜ ਉੱਥੇ ਇੰਡੀਆ ਵੀ ਬੈਠਾ ਹੁੰਦਾ ਪ੍ਰੋਗਰਾਮ ਦੇ ਵਿੱਚ ਜੀ 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 ਟੂਡਾ ਪੁਆਇੰਟ ਦੇ ਵਿੱਚ ਉਹ ਵੀ ਜੀ ਉਹ ਇਹ ਮੈਨੂੰ ਲੱਗਦਾ ਇਹ ਭਰਾ ਹੀ ਨੇ ਤੇ ਸਿੱਖੀ ਦੇ ਦੁਸ਼ਮਣ ਨੇ ਦੋਵੇਂ ਜੀ 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 ਇਹਨਾਂ ਨੂੰ ਇਹਨਾਂ ਨੇ ਤੁਹਾਨੂੰ ਸਵਾਲ ਕੀਤਾ ਸੀ ਵੀ ਹੋਰ ਕਿਹੜੀ ਜਮਾਤ ਆ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜੀ। ਇਹ ਕਾਂਗਰਸ ਦੇ ਇਲਜ਼ਾਮ ਲਾਉਂਦੇ ਆ, ਕਾਂਗਰਸ ਦਾ ਸ਼ੁਰੂ ਤੋਂ ਹੀ ਉਹਨਾਂ ਦੀ ਅੱਖ ਸੀ ਵੀ ਹਾਂ ਸਿੱਖਾਂ ਨੂੰ ਅਸੀਂ ਖਤਮ ਕਰਨਾ ਹੈ ਜੀ, ਇਹਨਾਂ ਨੂੰ ਅਸੀਂ ਡਿਸਪੀਅਰ ਕਰਕੇ ਹਿੰਦੂਇਜ਼ਮ ਦੇ ਵਿੱਚ ਲੈ ਕੇ ਆਉਣਾ ਹੈ। ਉਹ ਤਾਂ ਪਹਿਲਾਂ ਦਿਨ ਤੋਂ ਇਹਨਾਂ ਕਾਂਗਰਸ ਨੂੰ ਤਾਂ ਅਸੀਂ ਦੁਸ਼ਮਣ ਜਮਾਤ ਮੰਨਦੇ ਹਾਂ ਜੀ ਜੀ। ਤੁਸੀਂ ਤਾਂ ਸਿੱਖਾਂ ਨੂੰ ਲੁੱਟ ਕੇ ਖਾ ਗਏ ਜੀ, ਦਰਬਾਰ ਸਾਹਿਬ ਦੇ ਉੱਤੇ ਉੱਥੇ ਕਿਤਾਬਾਂ ਲਿਖਤਾਂ ਕਿੰਨੀਆਂ ਕੁ ਗਿਣੀਆਂ, ਕਿੰਨੇ ਕੁ ਬੱਚੇ ਗੁਰੂ ਸਾਹਿਬ, ਉਹ ਕਿਹੜੀ ਚੀਜ਼ ਆ? ਮੈਨੂੰ ਇਹਨਾਂ ਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਵੀ ਇਹ ਉੱਚਾ ਬੋਲ ਕੇ ਦਬਾਉਣਾ ਚਾਹੁੰਦੇ ਆ ਕਿ ਵਾਲੀਆ ਸਾਹਿਬ ਤੁਸੀਂ ਹਾਈਪਰ ਹੋਣੇ ਆ ਜੀ। ਜਿਸ ਬੰਦੇ ਦੇ ਅੰਦਰ ਖੂਨ ਆ ਜਿਹਨੂੰ ਮਾੜੀ ਮੋਟੀ ਉਹਨੇ ਵਿਸਤਾਰ ਸਜਾਈ ਆ ਉਹ ਤਾਂ ਹਾਈਪਰ ਹੋਏਗਾ ਹੀ ਜੋ ਸਾਡੇ ਨਾਲ ਹੋ ਗਿਆ ਜੀ। ਅੱਜ ਸ਼ਰੇਆਮ ਸ਼ਰੇਆਮ ਕੀ ਗੁਰਦੁਆਰਿਆਂ ਚ ਰਾਮਲੀਲਾ, ਅੱਜ ਹੀ ਮੈਂ ਦੇਖ ਰਿਹਾ ਸੀ ਦਿੱਲੀ ਦੇ ਵਿੱਚ ਗੁਰਦੁਆਰੇ ਚ ਕੀ ਹੋਇਆ ਜੀ, ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ ਜੀ, ਠੀਕ ਹੈ ਨਾ ਜੀ। ਬਿਲਕੁਲ ਪਤਾ ਜੀ, ਅੰਦਰ ਗੁਰਦੁਆਰੇ ਦੇ ਵਿੱਚ ਬਕਾਇਦਾ ਤੌਰ ਤੇ ਰਾਮਲੀਲਾ ਕਰਵਾਈ ਗਈ, ਅੰਦਰ ਭਜਨ ਗਾਏ ਗਏ, ਤੇ ਇਹ ਤਾਂ ਬਿਲਕੁਲ ਦਸਤਕ ਦੇ ਰਹੀ ਹੈ ਜਿਹੜੀ ਗੱਲਾਂ ਸੀ ਸਿਰਫ ਸੁਣਦੇ ਸੀਗੇ ਅਖਬਾਰਾਂ ਦੇ ਵਿੱਚ ਪੜ੍ਹਦੇ ਸੀਗੇ, ਅੱਜ ਜ਼ਮੀਨੀ ਪੱਧਰ ਤੇ ਹੋ ਰਹੀਆਂ ਹਨ। ਇਹ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਖਤਮ ਕਰਨ ਦੇ ਲੱਗੇ ਆ, ਇਹ ਉਲਟਾ ਰੋਬ ਦਿੰਦੇ ਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਬਿਲਕੁਲ ਬਿਲਕੁਲ ਸੁਖਵੰਤ ਸਿੰਘ ਜੀ, ਤੁਸੀਂ ਮੈਨੂੰ ਵਧੀਆ ਤਰੀਕੇ ਨਾਲ ਯਾਦ ਕਰਵਾਇਆ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਇੱਕ ਵੀਡੀਓ ਵਾਇਰਲ ਹੋਈ ਹੈ ਦਿੱਲੀ ਤੋਂ ਸਾਹਮਣੇ ਆਈ ਹੈ ਕਿ ਹਾਲ ਫਿਲਹਾਲ ਦੇ ਵਿੱਚ ਦਿੱਲੀ ਦੇ ਵਿੱਚ ਰਾਮਲੀਲਾ ਹੋਈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਕਾਇਦਾ ਤੌਰ ਤੇ ਰਾਮ ਲਕਸ਼ਮਣ ਰਾਵਣ ਤੇ ਜਿਹੜੇ ਕਰੈਕਟਰ ਪਲੇ ਕਰਦੇ ਹਨ ਰਾਮਲੀਲਾ ਦੇ ਵਿੱਚ ਉਹ ਸਾਰੇ ਅੰਦਰ ਬੈਠੇ ਹੋਏ ਸੀਗੇ। ਮਰਿਆਦਾ ਉੱਥੇ ਫੋਲੋ ਨਹੀਂ ਕੀਤੀ ਗਈ, ਅੰਦਰ ਭਜਨ ਬਕਾਇਦਾ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹੈ ਸਭ ਕੁਝ ਹੋਇਆ, ਅਤੇ ਕਈ ਸਿੰਘਾਂ ਨੇ ਮੋਰਚਾ ਲਿਆ ਅਤੇ ਜਾ ਕੇ ਉੱਥੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੂਪ ਨੂੰ ਚੱਕਿਆ ਔਰ ਬੜੇ ਹੀ ਸਤਿਕਾਰ ਦੇ ਨਾਲ ਉਹਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਛੱਡ ਕੇ ਆਏ। ਉਹ ਵੀਡੀਓ ਵੀ ਸਾਡੇ ਕੋਲ ਆਈ ਹੋਈ ਹੈ, ਉਹ ਵੀ ਜਿਹੜੀ ਰਿਪੋਰਟ ਸੀਗੀ ਦਿੱਲੀ ਤੋਂ ਸਾਡੇ ਸਾਹਮਣੇ ਆਈ ਹੈ, ਮੈਂ ਉਹ ਵੀ ਜ਼ਰੂਰ ਤੁਹਾਨੂੰ ਦਿਖਾਵਾਂਗਾ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗਾ ਕਰਾਂਗੇ ਇਸ ਦੇ ਉੱਤੇ ਟਿੱਪਣੀ। ਬਾਅਦ ਤੁਹਾਡਾ ਸਵਾਗਤ ਹੈ, ਕਾਫੀ ਸਾਰੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਹਨ। ਜਿਸ ਵੀਡੀਓ ਦੀ ਮੈਂ ਗੱਲ ਕਰ ਰਿਹਾ ਸੀ ਉਹਦੇ ਉਹ ਵਿਸ਼ਾ ਵੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ। ਫਿਲਹਾਲ ਮੇਰੇ ਕੋਲ ਸਮਾਂ ਨਹੀਂ ਹੈਗਾ, ਕਾਫੀ ਸਾਰੇ ਕਾਲਰਸ ਜੁੜੇ ਹੋਏ ਹਨ। ਜਿਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਉਹਦੇ ਉੱਤੇ ਅਸੀਂ ਜ਼ਰੂਰ ਨਜ਼ਰ ਪਾਉਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਸ ਤੁਹਾਡੀ ਹਿੰਮਤ ਤੇ ਤੁਹਾਡੇ ਸਾਹਸ ਨੂੰ ਦੇਖ ਕੇ ਲੱਗਦਾ ਹੈ ਕਿ ਜਦੋਂ ਬੰਦੇ ਦੇ ਅੰਦਰ ਕੋਈ ਕਿਸੇ ਦੇ ਪ੍ਰਤੀ ਸਾਡਾ ਪਿਆਰ ਹੁੰਦਾ ਨਾ ਤੇ ਕੁਦਰਤੀ ਸਾਥੋਂ ਜਜ਼ਬੇ ਦੇ ਮਤਲਬ ਜ਼ੋਰ ਨਾਲ ਹੀ ਬੋਲਿਆ ਜਾਂਦਾ ਹੈ। ਜਿੱਥੇ ਸੱਚਾਈ ਹੈ ਨਾ ਉੱਥੇ ਪ੍ਰਮਾਤਮਾ ਬੋਲਣ ਦੀ ਤਾਕਤ ਵੀ ਦਿੰਦਾ ਹੈ ਤੇ ਜਿੱਥੇ ਸੱਚਾਈ ਨਹੀਂ ਹੁੰਦੀ ਤੇ ਆਪਾਂ ਬਾਦਲ ਨੂੰ ਵੀ ਦੇਖਦੇ ਆ ਉਹ ਕਿਵੇਂ ਬੋਲਦੇ ਆ, ਉਹ ਮੂੰਹ ਦੇ ਵਿੱਚ ਹੀ ਗੁਣਗਣਾ ਜਾਂਦੇ ਹੈ ਤਾਂ ਸਾਡੇ ਬਜ਼ੁਰਗ ਜੀ 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 ਹੈ ਜੀ, ਤੇ ਉਹ ਕਿਤੇ ਇਧਰਲੀ ਲਾਈਨ ਚ ਖੜ ਜਾਂਦੇ ਆ ਕਿਤੇ ਇਧਰਲੀ ਲਾਈਨ ਚ ਖੜ ਜਾਂਦੇ ਆ। ਹੁਣ ਭਾਈ ਸਾਹਿਬ ਨੇ ਕਿਹਾ ਸੀ ਨਾ ਵੀ ਕਿਹੜੀ ਕੌਮ ਹੈਗੀ ਏ ਜਿਹੜੀ ਸਿੱਖਾਂ ਦੀ ਹਮਦਰਦ ਹੈਗੀ ਆ, ਸਿੱਖਾਂ ਦਾ ਹਮਦਰਦ ਪਰਮਾਤਮਾ ਏ, ਉਹੀ ਸਾਡੇ ਵਿੱਚ ਕਿਸੇ ਭਰਾਵਾਂ ਦੇ ਵਿੱਚ ਤਾਕਤ ਪਾਊਗਾ ਜੀ ਜੀ। ਤੇ ਤੁਸੀਂ ਤੁਸੀਂ ਵੀ ਦੇਖਦੇ ਆ ਨਾ ਇਹ ਕੁਰਸੀਆਂ ਨੂੰ ਛੱਡ ਦਿਓ ਜਾਂ ਧਰਮ ਨੂੰ ਫੜ ਲਓ ਤੇ ਜਾਂ ਫਿਰ ਰਾਜਨੀਤੀ ਨੂੰ ਫੜ ਲਓ ਜੀ ਜੀ ਜੀ। ਰਾਜਨੀਤੀ ਤਾਂ ਬੰਦਾ ਜੰਮੇ ਹੀ ਪਰਮਾਤਮਾ ਦੀ ਬਣਾਈ ਵੀ ਆ, ਉਹਨੇ ਸੱਚ ਤੇ ਹੀ ਕਿਹਾ ਚੱਲੋ ਜੀ ਜੀ, ਉਹਦੇ ਵਿੱਚ ਚਾਹੇ ਭੀਖ ਵੀ ਮੰਗਣੀ ਪੈ ਜੇ ਸੋਨੂੰ ਜੀ ਜੀ,
ਚਾਹੇ ਕੁਛ ਵੀ, ਤੇ ਇਹ ਤਾਂ ਬਣਾਉਣਾ ਚਾਹੁੰਦੇ ਆ ਹੁਣ ਆਪਦੇ ਧੀਆਂ ਪੁੱਤਾਂ ਨੂੰ ਨਾ ਇਹ ਮਹਿਲਾਂ ਚ ਬਿਠਾ ਕੇ ਜਾਣਗੇ ਕਿ ਉਹਨਾਂ ਨੂੰ ਸਾਰੀ ਉਮਰ ਕੰਮ ਦਾ ਕਰਨਾ ਪਵੇ ਕਿ ਕੰਮ ਕੰਮ ਤਾਂ ਸਾਡਾ ਕਰਮ ਹੈ ਜੀ। ਕਿੰਨੇ ਕੁ ਪੈਸੇ ਜੋੜ ਕੇ ਦੇ ਦਿਓਗੇ ਫਿਰ ਅਸੀਂ ਉਹਨਾਂ ਨੂੰ ਤੰਦਰੁਸਤੀ ਥੋੜਾ ਉਹਨਾਂ ਪਿੱਛੇ ਮੰਗਾਂਗੇ। ਜਿਨ੍ਹਾਂ ਨੇ ਬੈਠ ਕੇ ਖਾਣਾ ਉਹ ਤੇ ਮਤਲਬ ਬੈਠ ਕੇ ਕੌਣ ਖਾਂਦਾ ਹੈ ਜਿਹਦੇ ਵਿੱਚ ਤਾਕਤ ਨਾ ਹੋਵੇ ਜੀ 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 ਨਹੀਂ। ਬਹੁਤ ਸਿਆਣੀ ਗੱਲ ਕਹੀ ਤੁਸੀਂ, ਬਹੁਤ ਸਿਆਣੀ ਗੱਲ ਕਹੀ। ਹਾਂ ਬਸ ਪਰਮਾਤਮਾ ਇਹਨਾਂ ਨੂੰ ਵੀ ਸਾਰਿਆਂ ਨੂੰ ਵੀ ਮੱਤ ਦੇਵੇ, ਇਹ ਭਿੰਡਰਾਂ ਵਾਲੇ ਤੋਂ ਵੀ ਇਹ ਇਹਨਾਂ ਨੇ ਹੀ ਸਾਰਾ ਕੁਛ ਕਰਵਾਇਆ ਹੈ ਭਿੰਡਰਾਂ ਵਾਲੇ ਦਾ ਜੀ 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 ਜੀ। ਸਾਰਾ ਕੁਛ ਕਰਕੇ ਨਾ ਵੀ ਇਹ ਆ ਗਿਆ ਨਾ ਅੱਗੇ ਤੇ ਸਾਡਾ ਇੱਥੇ ਕੁਛ ਨਹੀਂ ਬਣਨਾ ਗਾ ਜੀ 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 ਜੀ। ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਕਾਲੀ ਆਪਣੇ ਆਪ ਨੂੰ ਪਤਕਾਉਂਦੇ ਆ ਪਰ ਇਹਨਾਂ ਦੇ ਅੰਦਰੋਂ ਲੀਕਰਾਂ ਪਾਈਆਂ ਹੋਈਆਂ ਨਾ ਵੀ ਆਰ ਐਸ ਐਸ ਦੀਆਂ ਜੀ, ਠੀਕ ਹੈ ਨਾ। ਇਹ ਜਿਹੜਾ ਬਾਦਲ ਸਾਹਿਬ ਹੈ ਨਾ ਇਹ ਨੌ ਪਾਸ ਦਾ ਰਸਤਾ ਦੱਸਦਾ ਸੀ, ਜਿਵੇਂ ਹੁਣ ਇਹਨਾਂ ਦੇ ਛਿੱਤਰ ਪਏ ਆ ਨਾ ਅਕਾਲੀਆਂ ਦੇ ਆਪਣੇ ਹਰਿਆਣੇ ਦੇ ਵਿੱਚ, ਬਾਦਲ ਦਾ ਵੀ ਸਿੱਖ ਹੈ, ਹੋ ਸਕਦਾ ਉਹ ਆਰ ਐਸ ਐਸ ਦਾ ਹੀ ਹੋਵੇ, ਉਹ ਵੀ ਉਹ ਆਰ ਐਸ ਐਸ ਦਾ ਹੀ ਹੋ ਸਕਦਾ, ਠੀਕ ਹੈ ਨਾ, ਕਿਉਂਕਿ ਉਹਨਾਂ ਨੇ ਬੜੀ ਵੱਡੀ ਫੌਜ ਖੜੀ ਕਰ ਲਈ ਸਿੱਖਾਂ ਦੀ। ਬਿਲਕੁਲ, ਹੁਣ ਤੁਸੀਂ ਦੱਸ ਕੇ ਦਿਓ ਗੁਰਦੁਆਰੇ ਵਿੱਚ ਰਾਮਲੀਲਾ ਕਰਨ ਲੱਗ ਗਏ ਹਾਂਜੀ। ਇਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਜੇ ਅਕਾਲੀਆਂ ਦੇ ਕਾਂਗਰਸੀਆਂ ਨੇ ਕੰਮ ਸਿੱਖਣਾ ਹੈ ਤੇ ਕੰਮ ਕਿਵੇਂ ਸਰਕਾਰਾਂ ਕਰਦੀਆਂ, ਦਿੱਲੀ ਵਾਲਿਆਂ ਕੋਲੋਂ ਵੇਖੋ ਜੀ, ਕੇਜਰੀਵਾਲ ਤੋਂ ਸਿੱਖ ਲਓ ਪੁਰਾ ਉਹਨਾਂ ਕੋਲ ਜਾ ਕੇ। ਬਿਲਕੁਲ, ਇਮਾਨਦਾਰ ਬੰਦੇ ਦੀ ਕੋਈ ਕਦਰ ਨਹੀਂ ਜੀ, ਉਹਨੂੰ ਡਿਫੇਮ ਕਰਨ ਦੇ ਲਈ ਹਰ ਉਹ ਤਾਕਤਾਂ ਪਿੱਛੇ ਪੈਂਦੀਆਂ, ਲੇਕਿਨ ਜਿਵੇਂ ਸਾਨੂੰ ਇਸ ਤੋਂ ਪਹਿਲਾਂ ਭੈਣ ਜੀ ਨੇ ਦੱਸਿਆ ਸੀਗਾ ਜਿਹਦੇ ਨਾਲ ਕੋਈ ਨਹੀਂ ਖੜਦਾ ਉਹਦੇ ਨਾਲ ਪਰਮਾਤਮਾ ਖੜਦਾ, ਮੈਨੂੰ ਲੱਗਦਾ ਉਹ ਕਿਰਦਾਰ ਸਾਨੂੰ ਵਿਖਾਉਣ ਦੀ ਲੋੜ ਹੈ ਜ਼ਮੀਨੀ ਪੱਧਰ ਤੇ। ਮੈਂ ਕਹਿੰਦਾ ਹੁਣ ਤੁਹਾਨੂੰ ਉਹਨੂੰ ਉਹਨੇ ਮੋਦੀ ਨੇ ਰੋਕਿਆ ਵੀ ਤੁਸੀਂ ਜਾਣਾ ਨਹੀਂ ਜਰਮਨ ਦੇ ਵਿੱਚ, ਜੀ ਜੀ ਉਹਦਾ ਫਿਰ ਵੀ ਸਹੀ ਹੋ ਗਿਆ ਕੰਮ। ਬਿਲਕੁਲ, ਬਿਲਕੁਲ, ਐਕਸ਼ਨ, ਯੋਰ ਐਕਸ਼ਨ ਸਪੀਕਸ ਰਾਦਰ ਦੈਨ ਯੋਰ ਯੂ ਨੋ ਯੋਰ ਕਨਵਰਸੇਸ਼ਨ। ਬਿਲਕੁਲ ਬਿਲਕੁਲ, ਸਵਾਲ ਨੇ ਸਹੀ ਹੋ ਤੁਸੀਂ, ਇਸ ਕਰਕੇ ਮੈਂ ਕਹਿੰਦਾ ਇਹਨਾਂ ਨੂੰ ਜੇ ਕੰਮ ਕਰਨਾ ਸਿੱਖਣਾ ਤਾਂ ਕੇਜਰੀਵਾਲ ਤੋਂ ਸਿੱਖ ਲਓ। ਬਿਲਕੁਲ ਬਿਲਕੁਲ ਦਰਸ਼ਨ ਸਿੰਘ ਜੀ, ਅਸੀਂ ਜ਼ਰੂਰ ਹਾਲ ਫਿਲਹਾਲ ਦੇ ਵਿੱਚ ਇਸ ਮੰਚ ਦੇ ਉੱਤੇ ਕਿਸੇ ਵੀ ਸਿਆਸਤਦਾਨ ਦਾ ਨਾਂ ਨਹੀਂ ਲਵਾਂਗੇ ਜਦ ਤੱਕ ਸਾਨੂੰ ਨਹੀਂ ਪਤਾ ਚੱਲਦਾ ਕਿ ਵਾਕਈ ਹੀ ਉਹਨੇ ਕੋਈ ਕੰਮ ਕੀਤਾ ਹੈ। ਅੱਜ ਦਾ ਮੁੱਦਾ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਈਮੇਲ ਰਾਹੀਂ ਤੁਸੀਂ ਭੇਜ ਸਕਦੇ ਹੋ, ਫੀਡਬੈਕ info@justbroadcasting.com, harkirat@justbroadcasting.com। ਲੇਕਿਨ ਮੈਂ ਉਹਨਾਂ ਸਾਰੇ ਦਰਸ਼ਕਾਂ ਤੋਂ ਵੀ ਮਾਫ਼ੀ ਮੰਗਣਾ ਚਾਹੁੰਦਾ, ਜੇਕਰ ਉਹਨਾਂ ਨੂੰ ਲੱਗਦਾ ਕਿ ਮੈਂ ਅਗਰ ਗਲਤ ਬੋਲ ਗਿਆ ਜਾਂ ਉੱਚਾ ਬੋਲ ਗਿਆ ਤਾਂ ਮੈਂ ਉਹਨਾਂ ਤੋਂ ਵੀ ਹੱਥ ਜੋੜ ਕੇ ਮਾਫ਼ੀ ਮੰਗਦਾ। ਕਦੀ ਕਵਾਰ ਸਾਡੇ ਦਿਲ ਦੀਆਂ ਗੱਲਾਂ ਵੀ ਔਰ ਸਾਡੇ ਮਨ ਦੇ ਜਿਹੜੇ ਅੰਦਰ ਦੇ ਬੁਲਬੁਲੇ ਨੇ ਉਹ ਬਾਹਰ ਆ ਜਾਂਦੇ ਨੇ, ਔਰ ਸਾਨੂੰ ਉਹ ਸਵਾਲ ਪੁੱਛਣਾ ਜ਼ਰੂਰ ਲਾਜ਼ਮੀ ਬਣ ਜਾਂਦਾ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾੜੀਆ ਅਤੇ ਮੇਰੀ ਪੂਰੀ ਟੀਮ ਨੂੰ ਦੇਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।